वाहिगुरु जी का खालसा, वाहिगुरु जी की फतेह। परम सन्मान जो गुरु प्यारे, गुरु सवारे, गुरमुख प्यारियो, सिख मिशनरी कॉलेज वालों चल रही इस गुरमत क्लास विच आप सारिया नो जी आया। अज असी सिख रहत मर्यादा का पिछोकड़, उहदी हिस्टरी, इतिहास, तो सिख रहत मर्यादा की जो टर्म्स हैं उन्होंने, एक ऐसा विषय है जिन्हों शुरू कर लगे हाँ। विषय की शुरू करने तो पहला आप मूल मंत्र का पाठ, गुरमंत्र का जाप कर लीए। सारिआं नूं बेनती करांगा एकाग्रता बख्शिश करनी जी। एक ओंकार सतनाम करता पुरख निरभउ निरवैर अकाल मूरत अजूनी सहवउ गुर प्रसाद वाहगुरु 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 जी का खालसा, वाहगुरु जी की फतेह। सिख रहत मर्यादा एक ऐसा विषय है जिस विच बहुत सारे सवाल पैदा होते हैं। सिख दी जीवन दे नाल इस संबंधित विषय है, रिलेटेड विषय है, और सानू अपने निजमां बारे जानकारी ना होने करके बहुत सारे सवाल साढ़े मन च शंके खड़े हो जाते हैं। कुछ ऐसे सवाल भी हैं जिन्हां सवालों बारे ना कोई जवाब दिता जा सकता है, ना कोई बोध विचार की जा सकती है। गुरु पंथ के फैसलों असी अगों उहदा कोई निर्णय भी नहीं कर सकते। हाँ, गुरु पंथ बैठ के दोबारा उन्होंने मदा तत्था घूठे तो फिर ही वो निर्णय पर पहुंचा जा सकता। मर्यादा दा लफजी अर्थ जो है वो निजम है। दुनिया की हर शै किसी ना किसी निजम विच बद्धी हुई है। जीवन दे विच विचरदिया होया असी अगर वेखदे हाँ, साडे जीवन विच छोटी तो छोटी चीज भी मर्यादा विच है। जे असी करते दी कुदरत नूं देखिए तां करते ने रची हुई कुदरत विच वी एक परंपरा, एक मर्यादा करते ने बनाई हुई है। सूरज, चंद्रमा, हवा, पानी, यह सब एक मर्यादा विच हन। इसका जिक्र गुरु नानक देव महाराज सच्चे पातशाह ने आसा की वार विच वी कीता है। सूरज मर्यादा विच चढ़दा है, मर्यादा विच छिप जाता है। चंद्रमा मर्यादा विच सूरज दुआले घूमता है, एक मर्यादा है, निजम हन। धरती सूरज दुआले घूमती है, उहदी मर्यादा है। थोड़ा जी भी मर्यादा तो इधर उधर हो जाए तो धरती उत्ते तूफान, तो धरती ते कई कुछ ऐसी चीजा आ जांदियां हन क्योंकि मर्यादा की उलंघना हो गई। जो मर्यादा की उलंघना होंगी है मनुखी जीवन विच भी फिर कई तूफान खड़े हो जाते हैं। असी देखते हाँ साढ़े जीवन विच आ छोटी जी घड़ी
ਸਾਡੇ ਕੰਧਾਂ ਤੇ ਲਮਕਦੇ ਹੋਏ ਐਡਾ ਭਾਰਾ ਪੈਂਡੂਲਮ ਉਹਨੂੰ ਕਲੋਕ ਨੂੰ ਕੰਧ ਘੜੀ ਨੂੰ ਲੱਗਾ ਹੁੰਦਾ ਹੈ। ਛੋਟੇ ਛੋਟੇ ਪੁਰਜੇ ਹਨ ਪਰ ਹੈ ਸਭ ਮਰਿਆਦਾ ਵਿੱਚ ਹਨ। ਇੱਕ ਪੁਰਜਾ ਵੀ ਇੱਧਰ ਉੱਧਰ ਹੋਇਆ ਉਹ ਕੰਮ ਕਰਨਾ ਬੰਦ ਕਰ ਦਿੰਦੀ ਹੈ। ਐਡਾ ਵੱਡਾ ਕਲੋਕ ਸਾਡੇ ਕੰਧਾਂ ਤੇ ਟੰਗਿਆ ਹੋਇਆ ਉਹ ਵੀ ਕੰਮ ਕਰਨਾ ਬੰਦ ਕਰ ਦਿੰਦਾ। ਤੋ ਜੀਵਨ ਜਿਹੜਾ ਬਿਨਾਂ ਨਿਯਮ ਤੋਂ ਚੱਲਦਾ ਹੈ, ਜਿਹੜਾ ਬਿਨਾਂ ਮਰਿਆਦਾ ਤੋਂ ਚੱਲਦਾ ਹੈ, ਉਹ ਬੇਲਗਾਮਾ ਹੋ ਜਾਂਦਾ, ਆਪ ਹੁਦਰਾਪਨ ਹੋ ਜਾਂਦਾ ਹੈ। ਉਸ ਜੀਵਨ ਵਿੱਚ ਨਾ ਸਹਿਜ ਆਏਗਾ, ਨਾ ਟਿਕਾਓ ਆਏਗਾ, ਨਾ ਹੀ ਉਹ ਜੀਵਨ ਆਪਣੀ ਮੰਜ਼ਿਲ ਤੇ ਕਦੀ ਪਹੁੰਚ ਸਕਦਾ ਹੈ। ਜੀਵਨ ਅਸੀਂ ਦੇਖਦੇ ਹਾਂ ਕਿ ਇੱਕ ਘੋੜ ਸਵਾਰ ਜਿੰਨਾ ਮਰਜ਼ੀ ਸਿਆਣਾ ਹੋਵੇ, ਘੋੜਾ ਵੀ ਬਹੁਤ ਵਧੀਆ ਹੋਵੇ, ਸਵਾਰ ਵੀ ਬਹੁਤ ਵੈਲ ਟ੍ਰੇਨਡ ਹੋਵੇ, ਪਰ ਜੇ ਉਸ ਕੋਲ ਘੋੜੇ ਉਸਦੇ ਹੱਥ ਵਿੱਚ ਸਵਾਰ ਦੇ ਹੱਥ ਵਿੱਚ ਘੋੜੇ ਦੀ ਲਗਾਮ ਨਹੀਂ ਹੈ ਤਾਂ ਫਿਰ ਘੋੜਾ ਬੇਕਾਬੂ ਹੋਵੇਗਾ। ਬਿਲਕੁਲ ਬੱਸ ਦਾ ਡਰਾਈਵਰ ਕਿੰਨਾ ਸਿਆਣਾ ਹੋਵੇ, ਬੱਸ ਭਾਵੇਂ ਰੀਸੈਂਟ ਨਵੇਂ ਮਾਡਲ ਦੀ ਹੋਵੇ, ਪਰ ਜੇ ਬੱਸ ਦੀ ਬ੍ਰੇਕ ਕੰਮ ਨਾ ਕਰੇ ਕਿ ਅਸੀਂ ਆਸ ਰੱਖ ਸਕਦੇ ਹਾਂ ਕਿ ਉਹ ਸਵਾਰੀਆਂ ਨੂੰ ਲੈ ਕੇ ਕਿਸੇ ਮੰਜ਼ਿਲ ਤੇ ਪਹੁੰਚ ਜਾਏਗੀ? ਨਹੀਂ, ਬਿਲਕੁਲ ਨਹੀਂ। ਬੱਸ ਚੰਗੀ ਹੋਣੀ ਚਾਹੀਦੀ ਹੈ, ਬੱਸ ਨੂੰ ਚਲਾਉਣ ਵਾਲਾ ਡਰਾਈਵਰ ਵੀ ਸਿਆਣਾ ਹੋਣਾ ਚਾਹੀਦਾ ਹੈ, ਪਰ ਬੱਸ ਦਾ ਹਰ ਪੁਰਜਾ ਵੀ ਆਪਣੇ ਥਾਂ ਤੇ ਕੰਮ ਕਰਦਾ ਹੋਣਾ ਚਾਹੀਦਾ ਹੈ। ਬੱਸ ਦੀ ਬਿਨਾਂ ਬ੍ਰੇਕ ਤੋਂ ਬੱਸ ਕਦੀ ਇਨਸਾਨ ਨੂੰ ਮੰਜ਼ਿਲ ਤੇ, ਸਵਾਰੀਆਂ ਨੂੰ ਮੰਜ਼ਿਲ ਤੇ, ਪੈਸੰਜਰਸ ਨੂੰ ਮੰਜ਼ਿਲ ਤੇ ਨਹੀਂ ਲਿਜਾ ਸਕਦੀ। ਦੇਸ਼ ਕੰਟਰੀ ਹੁੰਦੇ ਨੇ, ਕਈ ਦੇਸ਼ ਹਰ ਦੇਸ਼ ਦੇ ਵੱਖਰੇ ਵੱਖਰੇ ਵਿਧਾਨ ਹਨ। ਅਸੀਂ ਦੇਖਦੇ ਹਾਂ ਦੇਸ਼ ਬਣਦਾ ਹੀ ਚਾਰ ਚੀਜ਼ਾਂ ਨਾਲ ਹੈ, ਜਿਹੜੇ ਅਸੀਂ ਪੋਲੀਟੀਕਲ ਸਾਇੰਸ ਵਿੱਚ ਪੜ੍ਹਦੇ ਹੁੰਦੇ ਸੀ, ਪਰ ਉਸ ਤੋਂ ਸਭ ਤੋਂ ਜ਼ਰੂਰੀ ਚੀਜ਼ ਹੈ ਕੰਸਟੀਟਿਊਸ਼ਨ, ਵਿਧਾਨ, ਸੰਵਿਧਾਨ, ਜਿਸ ਦੇ ਮੁਤਾਬਕ ਦੇਸ਼ ਦੇ ਹਰ ਨਾਗਰਿਕ ਨੇ, ਹਰ ਆਗੂ ਨੇ, ਹਰ ਨਿਆਂਪਾਲਿਕਾ ਨੇ, ਜੁਡੀਸ਼ਰੀ ਨੇ ਇਹ ਜੇ ਕੰਮ ਕਰਨਾ ਹੈ, ਉਹਨਾਂ ਨਿਯਮਾਂ ਵਿੱਚ ਬੱਝ ਕੇ ਕੰਮ ਕੀਤਾ ਜਾਂਦਾ, ਤੇ ਜਦੋਂ ਉਹ ਨਿਯਮਾਂ ਦੀ ਉਲੰਘਣਾ ਹੁੰਦੀ ਹੈ, ਕੋਈ ਵੀ ਜਦੋਂ ਰਾਜਾ ਨਿਯਮਾਂ ਦੀ ਉਲੰਘਣਾ ਕਰੇਗਾ, ਰਾਜਾ ਜ਼ਾਲਮੀ ਹੋ ਜਾਏਗਾ, ਵਧੀਕੀਆਂ ਕਰੇਗਾ, ਪ੍ਰਜਾ ਨੂੰ ਤੰਗ ਕਰੇਗਾ। ਅਗਰ ਕਾਨੂੰਨਦਾਨ, ਕਾਨੂੰਨ ਨਿਆਂ ਕਰਨ ਵਾਲੇ ਇਹ ਨਿਯਮਾਂ ਦੀ ਉਲੰਘਣਾ ਕਰਨਗੇ ਤਾਂ ਫਿਰ ਉਹ ਅਨਿਆਂ ਕਰ ਸਕਦੇ ਹਨ, ਨਿਆਂ ਨਹੀਂ ਕਰ ਸਕਦੇ। ਇਹ ਜਿਹੜੀ ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਉਸ ਵੇਲੇ ਗੱਲ ਕਹੀ ਸੀ, ਕਾਦੀ ਕੂੜ ਬੋਲ ਮਲ ਖਾਏ, ਬੰਮ ਨਨਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਾ ਬੰਧ। ਭਾਵ ਧਰਮ ਦੇ ਆਗੂ ਵੀ ਤੇ ਰਾਜ ਨਿਆਂ ਕਰਨ ਵਾਲੇ ਆਗੂ ਵੀ ਸਾਰੇ ਜੀਵਨ ਦੀ ਮਰਿਆਦਾ ਤੋਂ ਦੂਰ ਚਲੇ ਗਏ ਹਨ। ਤੇ ਜਦੋਂ ਜੀਵਨ ਕਿਸੇ ਮਰਿਆਦਾ ਚ ਨਹੀਂ ਹੋਵੇਗਾ, ਜੀਵਨ ਕਿਸੇ ਪਰੰਪਰਾ ਵਿੱਚ ਨਹੀਂ ਹੋਵੇਗਾ, ਉਦੋਂ ਮੁਰਖ ਦੀ ਹਸ਼ਰ ਵੀ ਇਹੋ ਜਿਹਾ ਹੋਇਆ ਕਰਦਾ ਹੈ। ਦੇਸ਼ ਨੂੰ ਚਲਾਉਣ ਲਈ ਸੰਵਿਧਾਨ ਦੀ ਲੋੜ ਪੈਂਦੀ ਹੈ, ਔਰ ਹਰ ਜਿਹੜੀ ਮਰਿਆਦਾ ਹੈ, ਜਿਹੜਾ ਵੇ ਆਫ ਲਾਈਫ ਹੈ, ਇਹ ਕਿਸੇ ਨਾ ਕਿਸੇ ਫਿਲੋਸਫੀ ਦੇ ਉੱਤੇ ਆਧਾਰਿਤ ਹੁੰਦਾ ਹੈ। ਜਿਵੇਂ ਇੱਕ ਚੰਗਾ ਮੁਸਲਮਾਨ ਅਜਿਹਾ ਜੀਵਨ ਜਿਉਣ ਦਾ ਯਤਨ ਕਰਦਾ ਹੈ ਜੋ ਕੁਰਾਨ ਦੇ ਉਪਦੇਸ਼ਾਂ ਦੇ ਮੁਤਾਬਕ ਹੋਵੇ, ਕਿਉਂਕਿ ਉਹਦੀ ਜ਼ਿੰਦਗੀ ਦਾ ਆਧਾਰ, ਉਹਦੇ ਜ਼ਿੰਦਗੀ ਦੀ ਮਰਿਆਦਾ ਕੁਰਾਨ ਵਿੱਚ ਲਿਖੇ ਹੋਏ ਅਸੂਲਾਂ ਦੇ ਮੁਤਾਬਕ ਹੈ। ਉਹੀ ਚੰਗਾ ਮੁਸਲਮਾਨ ਘੁਆ ਸਕਦਾ ਹੈ ਜਿਹੜੇ ਅਸੂਲਾਂ ਨੂੰ ਮੰਨਦਾ ਹੈ। ਕ੍ਰਿਸਚਨ ਬਾਈਬਲ ਨੂੰ ਆਪਣੇ ਜੀਵਨ ਦਾ ਆਧਾਰ ਮੰਨਦੇ ਹਨ, ਈਸਾ ਦੇ ਜੀਵਨ ਨੂੰ, ਚਰਿੱਤਰ ਨੂੰ ਧਿਆਨ ਵਿੱਚ ਰੱਖ ਕੇ ਉਹ ਆਪਣਾ ਜੀਵਨ ਜਿਉਂਦੇ ਹਨ। ਉਹਨਾਂ ਨੂੰ ਪੁੱਛ ਕੇ ਦੇਖ ਲਓ, ਉਹਨਾਂ ਦੀ ਸਮੁੱਚੀ ਜ਼ਿੰਦਗੀ ਜਿਹੜੀ ਹੈ ਉਹ ਬਾਈਬਲ ਜਾਂ ਕ੍ਰਿਸਚੇ
क्राइस्ट दे ईसा दे दो आसपास ही घूमती है। उहदे दस्से हुए निजमां मुताबक ही वह जीवन जीवन की गल करते हैं। साडा गुआंढी मत हिंदू मत भावें इहदे विच वक्रे वक्रे फिरके हन, ते हर फिरका भावें किसे नाल भी संबंध रखता है, वह अपने दसी हुई पुस्तक के मुताबक जो उन्होंने पुस्तक हैं उन्होंने मुताबक ही सारे कर्म करते हैं। उन्होंने सिमरतियां, उन्होंने ज्ञान के स्रोत, उन्होंने अपने जीवन में उस मुताबक ही ढालना है, उस मुताबक ही कम करते हैं। इत्थी बस नहीं, धर्म की दुनिया से विश्वास ना रखने वाले जिहड़े कम्यूनिस्ट लोग हैं, जिहड़े कहिंदे ने असीं नास्तक हाँ, असीं धर्म नूं नहीं मानते, पर उन्हां दे जीवन का आधार भी, उन्हां दा काम करन दा ढंग भी मार्क्स ते लैनिन दे सिधांतां दे मुताबक हुंदा है। वह भी अपने जो उन्हां दे आगुआं ने पाए हुए पूरने ने मार्क्सवाद लैनिनवाद जिहनूं असीं कह दिंदे आ, उन्हां दे सिधांतां मुताबक ही उन्हूं विज्ञानिक बन के जां मनोविज्ञान बन के जो भी बन के उन्हूं ठीक समझ के उहदे अनुसार अपना जीवन जिउंदे हन। इसका मतलब यह है कि धर्म होवे जां धर्म नूं मनण वाला होवे जां ना होवे, पर जीवन किसी ना किसी परंपरा विच किसी मर्यादा विच होना बड़ा जरूरी है, ते होना भी चाहिए। इसे तरह ही जो गुरु का सिख है वो दस गुरु साहिबान वालों प्रचारी गई गुरमत अनुसार और सिख गुरु साहिबान की आत्मा श्री गुरु ग्रंथ साहब जी के रूप में जो साढ़े कोल अज मौजूद है, जो साड़ी अगवाई कर रही है, तो उहदा साडा आधार श्री गुरु ग्रंथ साहब जी की बाणी, दस गुरु साहिबान वालों प्रचारी गई गुरमत और गुरु पंथ वालों किते किते गए फैसले, उहदे ते साड़ी जीवन जांच आधारित है, साडा वे ऑफ लाइफ उहदे मुताबक ही चलेगा। तो सिख की जो असं गल करते हाँ, सिख रहत मर्यादा एक लफ्ज है, तीन लफ्जा का लफ्ज है, यदि व्याख्या मैं अगे चल के करांगा, पर सिख की जो असं गल करांगे मर्यादा की, तो स्पष्ट है कि साड़ी मर्यादा बनाने लग्या साढ़े वड्डिया ने, साढ़े गुरु पंथ के दानिया ने, गुरु पंथ नूं जिन्हां ने अगवाई बख्शिश की, उन्होंने श्री गुरु ग्रंथ साहिब जी की बाणी, दस गुरु साहिबान के जीवन में किए गए उपदेश, दौड़ाई गई गुरमत और जो रहत रहतनामिया के रूप में साढ़े पास कुछ चीज़ा मौजूद हैं जिहड़ियां पंथ कसौटी ते पूरियां उतरदियां हैं, उन्हां दे आधारित यह गल जिहड़ी सानूं समझाई गई है। सिख ने गुरु नूं किवें मिलना है, वाहिगुरु दे नाल लड़ किवें लगना है, अपने जीवन दे धार्मिक, समाजिक, भाईचारक, सियासी, राजनीतिक खेत्र विच किवें विचरना है, ये सारियां चीज़ां उह साडे दानिया ने वड्डिया ने उस गुरु पंथ दे जिहड़े चलाउण वाले हन उन्होंने सिख रहत मर्यादा दे अंदर दर्ज कीतियां हन। तो किसी धर्म विच भी आदर्शक जीवन जीवन लई निजम होने बड़े जरूरी हैं, तो सिख बोली विच उन्हां निजमां दा नाम रहत मर्यादा है, रहत है, उन्हें रहत दा नाम दिता गया है। वो जीवन मर्यादा, चाल ढाल, चज आचार, ये सारा एक रहत है। जिस अनुसार असी समाज विच विचरना है, निजी ते पंथक जीवन जीना है और निजी ते पंथक जीवन जीउंदिया होया निरंकार दे नाल अभेद होना है, ये सिख दी गलबात है। ये संसार सचमुच एक सुहावना जिहा बाग है, इस बाग का माली मेरा सतगुरु आप है। हजूर का पावन बचन आउंदा है, ये जगबाड़ी मेरा प्रभ माली
ਸਦਾ ਸੰਭਾਲੇ ਕੋ ਨਹੀਂ ਖਾਲੀ। ਤੇ ਮਾਝ ਰਾਗ ਵਿੱਚ ਗੁਰੂ ਅਮਰਦਾਸ ਮਹਾਰਾਜ ਦਾ ਬਚਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 118 ਤੇ ਹੈ। ਇਹ ਜਗ ਬਾੜੀ ਮੇਰਾ ਪ੍ਰਭ ਮਾਲੀ ਸਦਾ ਸੰਭਾਲੇ ਕੋ ਨਹੀਂ ਖਾਲੀ, ਕੋ ਨਾ ਹੀ ਖਾਲੀ। ਤੇ ਉਹ ਸਦਾ ਸੰਭਾਲ ਕਰਦਾ ਹੈ। ਇਹ ਜੇ ਇੱਕ ਰਹੱਸਮਈ ਰਮਜ ਹੈ ਜਿਹੜੀਆਂ ਤਿੰਨ ਚੀਜ਼ਾਂ ਇਹਦੇ ਵਿੱਚ ਛੁਪੀਆਂ ਹੋਈਆਂ ਹਨ, ਇੱਕ ਹੈ ਸੰਸਾਰ ਤੇ ਦੂਜਾ ਹੈ ਗੁਲਦਸਤਾ ਤੇ ਤੀਜਾ ਹੈ ਉਸ ਗੁਲਦਸਤੇ ਵਿੱਚ ਸਜੇ ਹੋਏ ਫੁੱਲ। ਹੁਣ ਇਸ ਛੋਟੇ ਜਿਹੇ ਇੱਕ ਬਾਣੀ ਦੇ ਪ੍ਰਮਾਣ ਤੋਂ ਅਸੀਂ ਕੁਝ ਗੱਲਾਂ ਜੇ ਸਿੱਖਾਂਗੇ ਤਾਂ ਸਾਨੂੰ ਕੀ ਨਜ਼ਰ ਆਏਗਾ। ਜੇ ਬਾਗ ਦੀ ਗੱਲ ਅਸੀਂ ਕਰੀਏ, ਇਸ ਸੁਹਾਵਣੇ ਬਾਗ ਦੀ ਗੱਲ ਕਰੀਏ, ਤਾਂ ਇਹ ਇੱਕ ਸੰਸਾਰ ਹੈ ਰੂਪੀ ਬਾਗ ਹੈ, ਇਹਦੇ ਵਿੱਚ ਇੱਕ ਗੁਲਦਸਤਾ ਹੈ ਤੇ ਤੀਜਾ ਇਸ ਗੁਲਦਸਤੇ ਵਿੱਚ ਸਜੇ ਹੋਏ ਫੁੱਲ। ਜੇਕਰ ਇਸ ਭੇਦ ਨੂੰ ਆਪਾਂ ਸਮਝਣ ਦੀ ਹੋਰ ਕੋਸ਼ਿਸ਼ ਕਰੀਏ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਸਾਰਾ ਜਗਤ ਮੇਰੇ ਕਰਤੇ ਪੁਰਖ ਮਾਲਕ ਦਾ ਸਾਜਿਆ ਹੋਇਆ। ਜੋ ਅਸੀਂ ਇਹ ਗੱਲ ਕਹਿੰਦੇ ਹਾਂ, ਮੰਨਦੇ ਹਾਂ, ਇਹ ਸਾਰਾ ਜਗਤ ਕਰਤੇ ਦਾ ਸਾਜਿਆ ਹੋਇਆ ਤੇ ਸਾਜਿਆ ਹੋਇਆ ਉਹਦਾ ਇੱਕ ਬਾਗ, ਉਹਦਾ ਬਗੀਚਾ ਹੈ। ਇਸ ਬਾਗ ਵਿੱਚੋਂ ਸੋਹਣੇ ਸੋਹਣੇ ਫੁੱਲ ਲੈ ਕੇ ਮਾਲੀ ਸਤਿਗੁਰੂ ਨੇ, ਕਿਉਂਕਿ ਮਾਲੀ ਮੇਰਾ ਸਤਿਗੁਰੂ ਹੈ, ਮੇਰੇ ਮਾਲੀ ਸਤਿਗੁਰੂ ਨੇ ਪੰਥ ਰੂਪੀ ਇੱਕ ਗੁਲਦਸਤਾ ਸਜਾ ਦਿੱਤਾ, ਪੰਥ ਰੂਪੀ ਇੱਕ ਗੁਲਦਸਤਾ ਸਜਾ ਦਿੱਤਾ। ਤੇ ਹਰ ਗੁਰਸਿੱਖ ਇਸ ਗੁਲਦਸਤੇ ਦਾ ਇੱਕ ਸਜਿਆ ਹੋਇਆ ਸੋਹਣਾ ਜਿਹਾ ਫੁੱਲ ਹੈ। ਤੇ ਇਸ ਗੁਲਦਸਤੇ ਦਾ ਇੱਕ ਸੋਹਣਾ ਜਿਹਾ ਫੁੱਲ ਹਰ ਗੁਰੂ ਦਾ ਸਿੱਖ ਹੈ, ਹਰ ਗੁਰੂ ਦਾ ਡਲਾਡਲਾ ਹੈ। ਪਰ ਆਮ ਦੁਨਿਆਵੀ ਫੁੱਲਾਂ ਦੀ ਤਰ੍ਹਾਂ ਇਸ ਗੁਲਦਸਤੇ ਵਿੱਚ ਸਜੇ ਹੋਏ ਫੁੱਲ ਮੁਰਝਾਉਂਦੇ ਨਹੀਂ, ਜਿਹੜਾ ਗੁਰੂ ਦਾ ਗੁਲਦਸਤਾ ਹੈ। ਤੇ ਫੁੱਲ ਕਦੀ ਨਹੀਂ ਮੁਰਝਾਉਂਦੇ। ਹਾਂ, ਜਿਹੜਾ ਜੀਵਨ ਕਿਸੇ ਮਰਿਆਦਾ ਵਿੱਚ ਆ ਜਾਏਗਾ, ਕਿਸੇ ਪਰੰਪਰਾ ਵਿੱਚ ਵੱਧ ਜਾਏਗਾ, ਜੇ ਗੁਰੂ ਦੀ ਦੱਸੀ ਹੋਈ ਮਰਿਆਦਾ ਨੂੰ ਅਪਣਾ ਲਵੇਗਾ, ਗੁਰੂ ਦੀ ਦੱਸੀ ਹੋਈ ਰਹਿਣੀ ਤੇ ਰਹਿਤ ਵਿੱਚ ਆ ਜਾਏਗਾ, ਉਹ ਜੀਵਨ ਕਦੀ ਮੁਰਝਾ ਹੀ ਨਹੀਂ ਸਕਦਾ। ਉਸ ਜੀਵਨ ਵਿੱਚ ਸਦੀਵ ਖੇੜਾ ਹੈ, ਉਸ ਜੀਵਨ ਵਿੱਚ ਸਦਾ ਆਨੰਦ ਹੈ, ਉਹ ਜੀਵਨ ਹੀ ਤਾਂ ਸੱਚੇ ਨਾਲ ਮਿਲਿਆ ਹੋਇਆ ਹੈ। ਇਸੇ ਕਰਕੇ ਹੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਸਾਡੇ ਜੀਵਨ ਦੇ ਤੱਤ ਜਿਹੜੇ ਸਨ ਅੱਜ ਦੇ ਦਿਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਦਰਬਾਰ ਸਾਹਿਬ ਜੀ ਦੇ ਪਾਵਨ ਸਥਾਨ ਦੇ ਉੱਤੇ ਸਾਡੀ ਝੋਲੀ ਵਿੱਚ ਇੱਕ ਅਹਿਮ ਖਜ਼ਾਨਾ ਪਾ ਦਿੱਤਾ। ਔਰ ਮੈਂ ਆਪ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਵੀ ਦਿੰਦਾ ਹਾਂ ਕਿ ਅੱਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੂਲ ਨਾਨਕ ਸ਼ਾਹੀ ਕੈਲੰਡਰ ਮੁਤਾਬਕ ਪਹਿਲਾ ਪ੍ਰਕਾਸ਼ ਦਿਹਾੜਾ ਹੈ। ਇਹ ਪ੍ਰਕਾਸ਼ ਦਾ ਅਰਥ ਹੀ ਰੋਸ਼ਨੀ ਹੈ, ਗਿਆਨ ਹੈ, ਚਾਨਣ ਹੈ, ਹਨੇਰੇ ਨੂੰ ਦੂਰ ਕਰਨ ਵਾਲਾ ਹੈ। ਔਰ ਜਿਸ ਗੁਰੂ ਨੇ ਬਖਸ਼ਿਸ਼ ਕਰਕੇ, ਸੱਚਮੁੱਚ ਸਾਡਾ ਹੀ ਨਹੀਂ, ਜਿਸ ਨੇ ਵੀ ਇਸ ਗੁਰੂ ਗ੍ਰੰਥ ਸਾਹਿਬ ਰੂਪੀ ਥਾਲ ਵਿੱਚ ਪਏ ਹੋਏ ਨਾਮ ਬਾਣੀ ਦੇ ਭੋਜਨ ਨੂੰ ਖਾ ਲਿਆ, ਉਹਦੇ ਹਿਰਦੇ ਵਿੱਚ ਸੱਚਮੁੱਚ ਪ੍ਰਕਾਸ਼ ਹੋ ਗਿਆ। ਉਹ ਸੱਚਮੁੱਚ ਪ੍ਰਕਾਸ਼ੇ ਗਏ। ਇਹ ਸਤਿਗੁਰ ਸ਼ਬਦ ਉਜ਼ਾਰੋ ਦੀਪਾ, ਬਿਨਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੁਪਾ। ਇਹ ਮੇਰੇ ਸਤਿਗੁਰੂ ਜੀ ਨੇ ਬਖਸ਼ਿਸ਼ ਕਰਕੇ ਸਾਨੂੰ ਦਿੱਤਾ ਹੈ। ਇਹ ਬਾਗ, ਗੁਲਦਸਤਾ, ਫੁੱਲ, ਇਹਨਾਂ ਤਿੰਨਾਂ ਦੀ ਆਪਣੀ ਹੋਂਦ ਹੈ, ਇਹਨਾਂ ਦੀ ਆਪਣੀ ਵਿਸ਼ੇਸ਼ਤਾ ਹੈ। ਜਿਤਨੀ ਦੇਰ ਤੱਕ ਪੰਥ ਰੂਪੀ ਗੁਲਦਸਤੇ ਦੇ ਫੁੱਲ ਸਜੇ ਰਹਿਣਗੇ, ਉਨਾ ਚਿਰ ਇਹਨਾਂ ਵਿੱਚੋਂ ਖੁਸ਼ਬੂ ਵੀ ਆਉਂਦੀ ਰਹੇਗੀ ਤੇ ਖੂਬਸੂਰਤੀ ਵੀ ਆਉਂਦੀ ਰਹੇਗੀ। ਫਿਰ ਮੈਂ ਗੱਲ ਨੂੰ ਦੁਹਰਾ ਦਿਆਂ ਵੀ ਜਿੰਨੀ ਦੇਰ ਤੱਕ ਪੰਥਕ ਗੁਲਦਸਤੇ ਦੇ ਇਹ ਫੁੱਲ, ਸਿੱਖ ਗੁਰਸਿੱਖ ਫੁੱਲ ਕੌਣ ਹੈ? ਗੁਰੂ ਕਾ ਸਿੱਖ। ਪੰਥ ਇੱਕ ਗੁਲਦਸਤਾ ਹੈ, ਗੁਰੂ ਇਸ ਗੁਲਦਸਤੇ ਦਾ ਮਾਲੀ ਹੈ। ਤੇ ਜਿਹਨੂੰ ਇਸ ਗੁਲਦਸਤੇ ਵਿੱਚ ਇਹ ਫੁੱਲ ਸਜੇ ਰਹਿਣਗੇ ਤੇ ਇਹਨਾਂ ਵਿੱਚੋਂ ਖੁਸ਼ਬੂ ਵੀ ਆਉਂਦੀ ਰਹੇਗੀ ਤੇ ਇਹਨਾਂ ਵਿੱਚ ਖੂਬਸੂਰਤੀ ਵੀ ਬਣੀ ਰਹੇਗੀ। ਇਹ ਫੁੱਲ ਕਦੀ ਮੁਰਝਾ ਨਹੀਂ ਸਕਦੇ। ਗੁਰੂ ਕਾਲ ਤੋਂ ਲੈ ਕੇ ਹੀ ਜੇ ਆਪਾਂ ਵਿਚਾਰ ਕਰਦੇ ਹਾਂ ਤਾਂ ਹੁਣ ਤੱਕ ਹਰ ਇਸ ਫੁੱਲ ਰੂਪੀ ਗੁਰਸਿੱਖ ਨੇ ਗੁਰੂ ਤੇ ਵਾਹਿਗੁਰੂ ਵਿੱਚ ਕਦੀ ਫਰਕ ਨਹੀਂ ਸਮਝਿਆ। ਗੁਰੂ ਤੇ ਵਾਹਿਗੁਰੂ ਵਿੱਚ ਕਦੀ ਫਰਕ ਨਹੀਂ ਸਮਝਿਆ। ਗੁਰ ਬਰ ਅਕਾਲ, ਗੁਰ ਬਰ ਅਕਾਲ ਇੱਕ ਨਾਰਾ ਹੈ ਤੇ ਗੁਰੂ
अकाल ਦੇ ਵਿੱਚ ਕੋਈ ਭੇਦ ਨਹੀਂ। ਗੁਰਬਰ ਅਕਾਲ ਦਾ ਮਤਲਬ ਹੀ ਇਹ ਹੈ, ਜਾਂ ਗੁਰੂ ਅਕਾਲ ਜਾਂ ਗੁਰੂ ਬਰਾਬਰ ਹਨ। ਅਕਾਲ ਦੇ ਮਹਾਂਵਾਕ ਮੁਤਾਬਕ ਗੁਰੂ ਨੂੰ ਹਮੇਸ਼ਾ ਵਾਹਿਗੁਰੂ ਦਾ ਸਰਗੁਣ ਸਰੂਪ ਕਿਰਤ ਕਰਕੇ ਹੀ ਮੰਨਿਆ ਗਿਆ ਹੈ। ਜੇ ਇਸ ਵਾਕਾਂ ਤੋਂ ਅਸੀਂ ਗੱਲ ਸਮਝ ਲੈਂਦੇ ਹਾਂ ਤਾਂ ਗੁਰੂ ਨੂੰ ਹਮੇਸ਼ਾ ਵਾਹਿਗੁਰੂ ਦਾ ਸਰਗੁਣ ਸਰੂਪ ਕਰਕੇ ਹੀ ਅਸੀਂ ਮੰਨਦੇ ਹਾਂ, ਮੰਨਿਆ ਗਿਆ ਹੈ। ਇਸੇ ਕਰਕੇ ਹੀ ਗੁਰੂ ਪੰਥ ਅਤੇ ਸਿੱਖ ਦੀ ਜੀਵਨ ਜਾਚ ਸਿੱਖ ਰਹਿਤ ਮਰਿਆਦਾ ਦੇ ਵਿੱਚ ਬੰਨੀ ਹੋਈ ਹੈ। ਇਸੇ ਕਰਕੇ ਹੀ, ਕਿਉਂਕਿ ਗੁਰੂ ਸਰਗੁਣ ਸਰੂਪ ਹੈ, ਇਸ ਕਰਕੇ ਗੁਰੂ ਪੰਥ ਤੇ ਸਿੱਖ ਦੀ ਜੀਵਨ ਜਾਤ ਮਰਿਆਦਾ ਦੇ ਵਿੱਚ ਬੰਨੀ ਗਈ ਹੈ। ਹਾਂ, ਗੱਲ ਵੱਖਰੀ ਹੈ ਕਿ ਨਾਸਤਿਕਤਾ ਦੇ ਝੁੱਲ ਰਹੇ ਇਸ ਝੱਖੜ ਦੇ ਵਿੱਚੋਂ ਕੁੱਝ ਫੁੱਲ ਗੁਲਦਸਤੇ ਵਿੱਚੋਂ ਜਾ ਕੇ ਬਾਹਰ ਨੂੰ ਕਿਰ ਗਏ ਔਰ ਉਹਨਾਂ ਨੇ ਸ਼ਾਇਦ ਇਸ ਗੁਰੂ ਦੇ ਗੁਲਦਸਤੇ ਨੂੰ ਖੂਬਸੂਰਤ ਨਾ ਸਮਝਿਆ ਔਰ ਇਸ ਗੁਲਦਸਤੇ ਤੋਂ ਵੱਖਰੇ ਹੋ ਕੇ ਆਪਣੇ ਪੰਥ, ਆਪਣੀਆਂ ਮਰਿਆਦਾਵਾਂ, ਆਪਣੇ ਸਿੱਖ, ਆਪਣੇ ਨਵੇਂ ਨਵੇਂ ਧਰਮ ਜਿਹੜੇ ਸੀ ਉਹ ਖੜੇ ਕਰ ਲਏ। ਪਰ ਇਹ ਜਿਹੜੇ ਗੁਰਸਿੱਖ ਇਸ ਗੁਲਦਸਤੇ ਦੇ ਨਾਲ ਜੁੜੇ ਰਹੇ ਉਹ ਗੁਲਦਸਤੇ ਜੁੜੇ ਰਹਿਣਗੇ, ਉਹ ਫੁੱਲ ਸਦਾ ਹੀ ਮਹਿਕਦੇ ਰਹਿਣਗੇ, ਟਹਿਕਦੇ ਰਹਿਣਗੇ। ਉਹਨਾਂ ਦੇ ਜੀਵਨ ਦੀ ਖੁਸ਼ਬੂ, ਉਹਨਾਂ ਦੇ ਜੀਵਨ ਦਾ ਰਸ, ਉਹਨਾਂ ਦੇ ਜੀਵਨ ਦਾ ਆਨੰਦ ਸਦਾ ਹੀ ਬਣਿਆਗੇ। ਜੇ ਸਿੱਖ ਰਹਿਤ ਮਰਿਆਦਾ ਦੀ ਗੱਲ ਕਰਦੇ ਹਾਂ, ਥੋੜਾ ਜਿਹਾ ਪਿਛੋਕੜ ਵੱਲ ਨੂੰ ਚੱਲੀਏ। ਸਨ 1708 ਵਿੱਚ ਕਲਗੀਧਰ ਪਾਤਸ਼ਾਹ ਜੀ ਜੋਤੀ ਜੋਤ ਸਮਾਉਂਦੇ ਹਨ। ਉਸ ਤੋਂ ਬਾਅਦ ਸਤਿਗੁਰੂ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਗੱਦੀ ਦੀ ਜ਼ਿੰਮੇਵਾਰੀ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਬਖਸ਼ਿਸ਼ ਕੀਤੀ ਹੈ। ਆਤਮਾ ਗ੍ਰੰਥ ਵਿੱਚ ਤੇ ਸਰੀਰ ਪੰਥ ਵਿੱਚ, ਇਹ ਗੱਲ ਗੁਰੂ ਪਾਤਸ਼ਾਹ ਜੀ ਨੇ ਸਾਡੀ ਝੋਲੀ ਵਿੱਚ ਪਾਈ ਹੈ। ਭਾਵ ਗੁਰੂ ਗ੍ਰੰਥ ਚ ਗੁਰੂ ਗ੍ਰੰਥ ਦੀ ਤਾਬਿਆ ਰਹਿ ਕੇ ਗੁਰੂ ਗ੍ਰੰਥ ਦੀ ਅਗਵਾਈ ਵਿੱਚ, ਗੁਰੂ ਗ੍ਰੰਥ ਦੀ ਰਹਿਨੁਮਾਈ ਵਿੱਚ, ਗੁਰੂ ਗ੍ਰੰਥ ਦੀ ਸੇਧ ਅੰਦਰ, ਗੁਰੂ ਗ੍ਰੰਥ ਦੀ ਸਿੱਖਿਆ ਮੁਤਾਬਕ ਗੁਰੂ ਪੰਥ ਫੈਸਲੇ ਕਰਨ ਦਾ ਅਧਿਕਾਰੀ ਹੈ, ਸਰੀਰ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਇੱਕ ਜੋਤ ਹਨ, ਗੁਰੂ ਗ੍ਰੰਥ ਸਾਹਿਬ ਜੀ ਸਰੀਰ ਨਹੀਂ ਹਨ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਰੀਰ ਮੰਨ ਕੇ ਆਮ ਤੌਰ ਤੇ ਵਾਰੀ ਵਾਰੀ ਪੂਜਾ ਦੇ ਵਿੱਚ ਲੱਗ ਜਾਂਦੇ ਹਾਂ। ਹਾਂ, ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨਾ ਸਾਡੀ ਡਿਊਟੀ ਹੈ, ਸਾਡਾ ਫਰਜ਼ ਹੈ। ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਦੇਹ ਵਾਂਗੂ ਪੂਜਿਆ ਨਹੀਂ ਜਾ ਸਕਦਾ, ਤੇ ਨਾ ਹੀ ਦੇਹ ਵਾਂਗੂ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਕੀਤੀ ਜਾ ਸਕਦੀ ਹੈ। ਕਿਉਂ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹ ਪੂਜਾ ਕਰਨ ਦਾ ਵਿਧਾਨ ਨਹੀਂ ਦਿੱਤਾ, ਨਾ ਹੀ ਪੂਜਾ ਕਰਨ ਦਾ ਗੱਲ ਸਾਨੂੰ ਸਮਝਾਈ ਹੈ। ਗੁਰੂ ਗ੍ਰੰਥ ਸਾਹਿਬ ਇੱਕ ਐਸਾ ਥਾਲ ਪਰੋਸਿਆ ਗਿਆ ਹੈ ਜਿਹਦੇ ਵਿੱਚ ਹਰ ਮਨਕਾ, ਹਰ ਸ਼ਬਦ ਸਾਡੇ ਜੀਵਨ ਨੂੰ ਸੇਧ ਬਖਸ਼ਦਾ ਹੈ। ਤੇ ਗੁਰੂ ਦੇ ਪਿਆਰਿਆਂ ਨੇ ਇਹ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਹੱਕ ਦਿੱਤਾ ਵੀ ਇਹ ਗੁਰੂ ਦਾ ਸਰੀਰ ਗੁਰੂ ਪੰਥ ਹੈ ਔਰ ਗੁਰੂ ਗ੍ਰੰਥ ਦੀ ਅਗਵਾਈ ਵਿੱਚ, ਰਹਿਨੁਮਾਈ ਵਿੱਚ। ਵਾਰ ਵਾਰ ਮੈਂ ਗੱਲ ਰਿਪੀਟ ਇਸ ਕਰਕੇ ਕਰ ਰਿਹਾ ਕਿਉਂਕਿ ਕਈ ਵਾਰੀ ਸਾਨੂੰ ਭੁਲੇਖਾ ਲੱਗ ਜਾਂਦਾ ਜੀ ਇਹ ਤਾਂ ਬੰਦਿਆਂ ਦੇ ਫੈਸਲੇ ਨੇ, ਇਨਸਾਨਾਂ ਦੇ ਫੈਸਲੇ ਨੇ, ਅਸੀਂ ਕਿਉਂ ਮੰਨੀਏ ਉਹਨੇ, ਇਹ ਤਾਂ ਅਕਾਲੀਆਂ ਨੇ ਕੀਤਾ, ਫਲਾਣੇ ਨੇ ਕੀਤਾ, ਇਹੋ ਜਿਹੇ ਸਵਾਲ ਆਮ ਤੌਰ ਤੇ ਖੜੇ ਕੀਤੇ ਜਾਂਦੇ ਹਨ। ਪਰ ਸਰੀਰ ਗੁਰੂ ਪੰਥ ਨੂੰ ਦੇ ਕੇ ਔਰ ਜੋਤ ਜੋ ਜੁਗਤੀ ਜਿਹੜੀ ਸੀ ਗੁਰੂ ਗ੍ਰੰਥ ਅੰਦਰ ਰੱਖ ਕੇ ਕਲਗੀਧਰ ਪਾਤਸ਼ਾਹ ਸਨ 1708 ਵਿੱਚ ਜੋਤੀ ਜੋਤ ਸਮਾ ਜਾਂਦੇ ਹਨ। ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਆਉਂਦਾ ਹੈ। 1709 ਤੋਂ ਲੈ ਕੇ 1716 ਤੱਕ ਬਾਬਾ ਬੰਦਾ ਸਿੰਘ ਬਹਾਦਰ ਦਾ ਇੱਕ ਛੋਟਾ ਜਿਹਾ ਜੀਵਨ ਦਾ ਹਿੱਸਾ ਸਾਨੂੰ ਮਿਲਦਾ ਹੈ। ਉਹੀ ਬੰਦਾ ਸਿੰਘ ਬਹਾਦਰ ਹੈ ਜਿਹੜਾ ਇੱਕ ਸਾਧੂ ਬੈਰਾਗੀ ਬਣ ਕੇ ਹਿਰਨੀ ਦੇ ਬੱਚਿਆਂ ਨੂੰ ਤੜਫਦੇ ਹੋਏ ਦੇਖ ਕੇ ਬੈਰਾਗੀ ਬਣ ਗਿਆ ਸੀ ਤੇ ਫਿਰ ਦੱਖਣ ਵਿੱਚ ਜਾ ਕੇ ਗੋਦਾਵਰੀ ਦੇ ਕੰਢੇ ਤੇ ਆਪਣਾ ਡੇਰਾ ਬਣਾ ਕੇ ਬੈਠ ਕੇ ਰਿਧੀਆਂ ਸਿੱਧੀਆਂ ਦੀਆਂ ਤਾਕਤਾਂ ਨਾਲ ਲੋਕਾਂ ਨੂੰ ਭਰਮਾ ਰਿਹਾ ਸੀ। ਇਸ ਬੰਦੇ ਬਹਾਦਰ ਨੇ ਜਦੋਂ ਕਲਗੀਧਰ ਪਾਤਸ਼ਾਹ ਉੱਥੇ ਦੱਖਣ ਵਿੱਚ ਪਹੁੰਚੇ ਹਨ, ਜਦੋਂ ਬਾਬਾ ਇਸ ਬੰਦੇ ਬਹਾਦਰ ਨੇ, ਜਾਂ ਮਾਧੋਦਾਸ ਬੈਰਾਗੀ ਸੀ, ਮਾਧੋਦਾਸ ਬੈਰਾਗੀ ਨੇ ਯਤਨ ਕੀਤਾ ਆਪਣੀਆਂ ਰਿਧੀਆਂ ਸਿੱਧੀਆਂ ਦੀਆਂ ਤਾਕਤਾਂ ਵਰਤਣ ਦਾ ਕਲਗੀਧਰ ਪਾਤਸ਼ਾਹ ਦੇ ਨਾਲ, ਪਰ ਉਹਦੀ ਇੱਕ ਵੀ ਜਦੋਂ ਨਾ ਚੱਲੀ ਤਾਂ ਆ ਕੇ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਹਾਜ਼ਰ ਹੋ ਗਿਆ। ਸਵਾਲ ਕਰ ਦਿੱਤਾ, ਜੀ ਤੁਸੀਂ ਕੌਣ ਹੋ? ਕਲਗੀਧਰ ਪਾਤਸ਼ਾਹ ਦਾ ਜਵਾਬ ਸੀ, ਜਿਸ ਨੂੰ ਤੂੰ ਜਾਣਦਾ ਹੈ। ਜੀ ਤੁਸੀਂ
गुरु गोबिंद सिंह हो? हाँ जी, मैं बंदा हाँ, तुहाडा बंदा हाँ। ते गुरु पातशाह अगे कहा, जे तो सचमुच ही बंदा है ते कम भी बंदिया वाले कर, जिदियां सिद्धियां दियां ताकतां नूं वरत लैणा, जिदियां सिद्धियां दियां ताकतां दे नाल लोकां नूं भरमा लैणा, ये इंसानां दा कम नहीं, ये बंदिया दा कम नहीं, ये इंसान तो इंसान दी पदवी तो डिगे हुए लोगों का कम है। ते बंदे नू गुरु पातशाह दे चरणा च इस बंदे ने अपना सिर झुका दिता। ते कलगीधर पातशाह ने उन्हूं फिर इतिहास दस्या, गुरु अर्जन देव महाराज नू तत्ती तवी ते बैठे हुए दा इतिहास सुनाया। उन्हूं गुरु तेग बहादुर साहब महाराज ने चांदनी चौंक विच शरीर धड़ना अलग किए हुए की दृशांत नू दस्या। भाई मती दास नू तारे नाल दफाड़ हुंदा देखिया है, उहदा इतिहास सुनाया है। भाई दयाला उबल दियां देगां विच बैठे हुए दा इतिहास सुनाया है। इस माधोदास नू कलगीधर पातशाह ने भाई सतीदास नू जिउंदिया रूह विच साड़न दी कहानी सुनाई है, गाथा सुनाई है। इहनू चमकौर दी शहीदी साका सुनाया है। इहनू सरहद दियां इट्टां दी उस दीवार दी गल समझाई है जिहदे विच छोटे साहिबजादे नू चिण के शहीद कर दिता गया सी। ये बंदा जदों कलगीधर पातशाह तो जी इस कहा इस इतिहास को सुनया तो कह उठा सी, दिल विच अग मेरे सिर में जनून है, दिल विच अज मेरे होर ही जनून है, जग विच रहेगी ना गल हुण उपरी, मैं पैरां हेठ रोलनी वजीर खां दी खोपड़ी, दिल विच वसा के तस्वीर खूनी कंध दी, मैं इट नाल इट कड़कौणी सरहंद दी। ये बंदा बहादुर जब कलगीधर पातशाह तो अमृत की दात लैके कंडे बाटे की पौल लैके पंजा सिंघां नूं नाल लैके पंजाब विच आया, सिख राज कायम किया। गुरु कलगीधर गुरु नानक पातशाह गुरु गोबिंद सिंह नाम का सिक्का जारी किया, पहली राजधानी बनी, सिख पहला बादशाह बनया, सिख पहला बादशाह बाबा बंदा सिंह बहादुर नूं मन्निया जांदा है। पर 1716 विच इस बंदा सिंह बहादुर नूं दिल्ली विखे शहीद किया गया, और शहीदी की दास्तां भी दो चार अखरां विच मैं जरूर साहब आप जी नूं करनी चाहुंदा। इस बंदा बहादुर नूं जदों गुरदास नंगल की गढ़ी तो फड़ के लाहौर तो दिल्ली ले जाया गया है, तो दिल्ली दे विच जाके फरक्शियर बादशाह उस वेले गद्दी ते बैठा होया सी। फरक्शियर बंदे नूं कहिंदा, मैं अखां दे सामने देखना चाहुंदा हाँ कि यह बंदा किवें शहीदी की गल करदा है, यह बंदा किवें जीवन दे विच शहीदी नूं मनदा है, ये गल मैं करनी चाहुंदा हाँ, अखां नाल देखनी चाहुंदा हाँ। तसीहे दित्ते गए, बंदा बहादुर दियां गर्म जबूरां दे नाल मास नोच दिता गया। इस बंदा सिंह बहादुर की सज्जी अख कढ दित्ती गई। इस बंदा सिंह बहादुर दे 4 साल दे तड़फदे हुए बच्चे अजय सिंह दा दिल कढ के तड़फदा होया दिल इहदे मूंह च तुन्निया गया, पर बंदा अडोल रहा है। बंदे दे जबान तो उफ दा सी तक भी नहीं निकली। अगो हुण फरक्शियर ने सवाल किया, ओ बंदिया तेरा मास नोच दिता गया, तेरिया अखां कढ दित्तियां गईयां, तेरे बच्चे दा दिल कढ के सब तो प्यारी चीज गृहस्थी नूं अपना बच्चा हुंदा है, उहदा दिल कढ के तेरे मूंह च तुन दिता गया, तेनू पीड़ा नहीं हुंदी, तेनू दर्द नहीं हुंदी? अगो बंदे दा जवाब बड़ा खूबसूरत सी। कहन लगे, फरक्शियर पीड़ा उसनू हुंदी है जिसने इस तन नू अपना जाणिया होवे, उह भलिया जिसने इस तन नू अपने गुरु की अमानत समझिया होवे, उहदे जीवन विच पीड़ा नाम की कोई चीज नहीं हुंदी। पर सचमुच इस बंदे बंदा सिंह बहादुर ने यह गल सानू समझा दित्ती कि जीवन विच दुख सुख झलणे गुरु के सिख का कम है। 1720 दे विच लगभग भाई मनी सिंह जी दरबार साहब दे विच मुख ग्रंथी की सेवा निभाउंदे हन। 1700 यह समा हुण ऐसा आ गया जदों सिखां दे सिरां दे मुल रख दित्ते गए, सिख घर बार छड़ के जंगलां विच जाण लई मजबूर हो गए, सिखां दे केंद्रीय स्थान ते दर्शन दुआरे करन ते पाबंदी लग गई, और 1734 विच भाई मनी सिंह जी की शहादत हो जाती। इन्हां समां दे विच
गुरधामा का प्रबंध जिहड़ा सी गुरुद्वारिआं का प्रबंध जिहड़ा सी वह निर्मले उदासी ते महंतां दे हत्थां विच आ गया। और आप जी जानते हो भली भात जानते हो कि जिन्हां लोकां कोल गुरुआं दा गुरुद्वारिआं दा प्रबंध हुंदा है उन्हां दी मन मर्जियां ही चलदियां। वह भावें अज दा मौजूदा असीं हालात नूं देख लईए जिस तरह का गुरुद्वारे का वड्डा प्रबंधक होवे उस तरह की मर्यादा गुरुद्वारे अंदर शुरू हो जाती। और जिहड़े अंदर बैठ के सारी परंपरा मर्यादा नूं चलाउंदे होए होण तां इहदे विच ब्राह्मणी रीतां दा आउणा आम तौर पर यह सुभाविक ही सी। ये निर्मलियां ने उदासियां ने महंतां ने अपनियां मन मर्जी दियां रोह रीतां गुरुद्वारिआं दे अंदर वाड़नियां शुरू कर दित्तियां। और लगभग ये 50 साल का इतिहास जिहड़ा है वह इसे तरह का ही है। 1764 विच जस्सा सिंह आहलूवालिया सुल्तानोलत कौम के नाल नवाजिया जाता है। और इतिहास में दो बंदी छोड़ का खिताब जिहड़ा सिख इतिहास में लिखा हुआ मिलता है। एक बंदी छोड़ का खिताब गुरु हरगोबिंद पातशाह जी नूं ग्वालियर के किले 52 राजां नूं रिहा कराउण ते दिता गया। और जदों 2200 हिंदू लड़कियां नूं जदों दुरानी इत्थों कैद करके ले जा रहा सी बंदा सिंह बहादुर ने सतलुज के दरिया के किनारे दे उत्ते उहदा राह रोक के 2200 हिंदू लड़कियां नूं छुड़ा के उहनां दे घर विच पहुंचाया तां पंथ ने बंदी छोड़ दा खिताब जिहड़ा सी उस जस्सा सिंह आहलूवालिया दी झोली विच वी पाया। तो सिख इतिहास विच दो वारी यह बंदी छोड़ दा खिताब जिहड़ा है उह दित्ता गया है। उस तों बाद सिख राज आया जिन्हों असी बंदा सिंह बहादुर का महाराज रणजीत सिंह का राज कहने तो आम तौर पर सिख राज का नाम दिता जाता है। हाँ बाहरी दिख बाहरी शकल सूरत तो सिखा दी सी पर अंदरली मर्यादा अंदरली परंपरा दे विच बहुता दखल ना दिता गया। गुरुद्वारिआं दे प्रबंध विच पैसा तो लग मिलिया जगीरां तो मिलियां गुरुद्वारिआं दे नां ते वड्डे वड्डियां जमीनां तो लग गई पर गुरुद्वारिआं दे अंदरली परंपरा अंदरली मर्यादा ब्राह्मणी उन्हां विच कोई दखलअंदाजी ना की गई कोई सुधार ना किया गया। ये साडा एक दुखांत है जदों भी साडे कोल राज आ जांदा है जदों कौमां राजगद्दी ते कौम राजगद्दी ते बैठ जांदी है ये अपने सिधांत भुल जांदी है। बिल्कुल इसे तरह ही जिदा मौजूदा समय दे विच असीं लगभग पिछले 40 सालां तों देखदे आउंदे हाँ जो दुखांत साडे नाल वापरिया है उन्हां नूं शब्दां च असीं बयान नहीं कर सकते। साडे सिधांत उत्ते साडे सरूप उत्ते साडी रहिणी उत्ते साडी बहिणी उत्ते हर पासों हमले किए गए किए जा रहे हैं। साडे केंद्रीय स्थान के उत्ते गोले मारे गए टैंकों नाल हमले किए गए अकाल तख्त साहब जी की ढह ढेरी किया गया अकाल तख्त साहब की इमारत को ढह ढेरी किया गया सब कुछ असीं अखां नाल वेख्या। सिखां दा खून डोलिया गया पता नहीं किन्नी कि जवानी उस खून दे विच बह गई कोई गिनती नहीं है। वह तो अनपछातियां लाशां दे नां ते साड़ दित्तियां गईयां दरियावां विच रोड़ दित्तियां गईयां पता ही नहीं अज किन्ने मां बाप दे बच्चे जिहड़े हन वह उस वगदे हुए दरियावां विच बह गए हैं इस गल का कोई अंदाजा नहीं। पर राज भाग चलाउण वालियां दे सिर ते बिल्कुल जूं नहीं सकदी अज भी उस तरह ही विचर रहे हैं अज भी वह मर्यादा का खिलवाड़ उस तरह ही कर रहे हैं बिल्कुल उस तरह ही जो सिख राज जिन्हों कहने वो भी इस तरह ही होया क्योंकि महाराजा रणजीत सिंह के अंदर श्रद्धा भावना सी उन्होंने गुरुद्वारे अमीर कर दिते पर गुरुद्वारे की मर्यादा विच कोई सुधार का यतन ना किया। कही तो यह सी लगभग 40 साल 45 साल का राज भाग जो मिलिया या 50 साल का समा असीं कह सकते हाँ उहदे विच अंदरली मर्यादा नूं गुरसिखां दे हाथ विच लिया कर दिता जांदा पर वह कुछ ना हो सकिया। तां गुरुद्वारिआं विच उह डेरे गद्दियां गदेले उही संप्रदायी परंपरावां उही महंतां दी उही निर्मले उदासियां दी परंपरा जिहड़ियां सन उसे तरह प्रचलित रही। सन 1800 लगभग 49 विच सिख राज का अंत हो जाता है। गदारा दे करके आपो
ਵਿੱਚ ਵੰਡੀਆਂ ਹੋਣ ਕਰਕੇ ਸਿੱਖ ਰਾਜ ਦਾ ਸੂਰਜ ਸਦਾ ਲਈ ਛਿਪ ਜਾਂਦਾ ਹੈ। ਫਿਰ ਇਹ ਅੰਗਰੇਜ਼ ਭਾਰ ਪੰਜਾਬ ਦੇ ਉੱਤੇ ਕਾਬਜ਼ ਹੋ ਜਾਂਦੇ। ਮੈਂ ਸੰਖੇਪ ਵਿੱਚ ਜ਼ਿਕਰ ਕਰ ਰਿਹਾ ਹਾਂ, ਅੰਗਰੇਜ਼ ਪੰਜਾਬ 'ਤੇ ਕਾਬਜ਼ ਹੋ ਗਏ। ਉਹਨਾਂ ਨੇ ਸਿੱਧੇ ਤਰੀਕੇ ਨਾਲ ਨਹੀਂ, ਡਾਇਰੈਕਟ ਨਹੀਂ, ਇਨਡਾਇਰੈਕਟਲੀ ਮਹੰਤਾ ਨੂੰ ਹੋਰ ਸ਼ਹਿ ਦਿੱਤੀ। ਉਹਨਾਂ ਦੇ ਪਿੱਛੇ ਖੜੇ ਹੋ ਗਏ ਕਿਉਂਕਿ ਉਹ ਜਾਣਦੇ ਸੀ ਕਿ ਜੇ ਸਿੱਖਾਂ ਦੇ ਗੁਰਧਾਮਾਂ ਨੂੰ ਸਿੱਖਾਂ ਦੇ ਹੱਥਾਂ ਵਿੱਚ ਆਜ਼ਾਦ ਕਰ ਦਿੱਤਾ ਗਿਆ, ਅਸੀਂ ਪੰਜਾਬ 'ਤੇ ਬਹੁਤੀ ਦੇਰ ਜਾਂ ਭਾਰਤ 'ਤੇ ਬਹੁਤੀ ਦੇਰ ਰਾਜ ਨਹੀਂ ਕਰ ਸਕਦੇ। ਤਾਂ ਉਹਨਾਂ ਨੇ ਲੁਕੀਆਂ ਹੋਈਆਂ ਲੁਕੀ ਛੁਪੀ ਪਰੰਪਰਾਵਾਂ ਮੁਤਾਬਕ ਪਿੱਛੇ ਰਹਿ ਕੇ ਜੋ ਅੱਜ ਕੱਲ੍ਹ ਸਾਡੇ ਅੰਦਰ ਵਾਪਰ ਰਿਹਾ ਹੈ, ਪਿੱਛੋਂ ਦੀ ਜਿਹਨੂੰ ਅਸੀਂ ਕਹਿੰਦੇ ਹਾਂ ਅੰਦਰ ਵੜ ਜਾਣਾ, ਉਹ ਇੱਦਾਂ ਹੀ ਅੰਗਰੇਜ਼ ਸਾਡੇ ਗੁਰਦੁਆਰਿਆਂ ਵਿੱਚ ਆ ਕੇ ਪ੍ਰਬੰਧ ਵਿੱਚ ਪਿੱਛੋਂ ਦੀ ਆ ਕੇ ਵੜ ਗਏ, ਚੋਰ ਮੋਰੀ ਰਾਹੀਂ ਆ ਕੇ ਵੜੇ ਰਹੇ। ਇਹਨਾਂ ਦਿਨਾਂ 'ਚ ਸਿੰਘ ਸਭਾ ਲਹਿਰ ਦਾ ਜਨਮ ਹੁੰਦਾ ਹੈ। ਲਗਭਗ 1872 ਦੇ ਕਰੀਬ ਸਿੰਘ ਸਭਾ ਲਹਿਰ ਦਾ ਜਨਮ ਹੁੰਦਾ ਹੈ। ਸਿੰਘ ਸਭਾ ਲਹਿਰ ਨੇ ਬਹੁਤ ਹੀ ਅਹਿਮ ਕੰਮ ਕੀਤੇ ਹਨ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ। ਸਿੰਘ ਸਭਾ ਲਹਿਰ ਦੇ ਨੇ ਸਿੱਖੀ ਨੂੰ ਮੁੜ ਜਾਗਰਤੀ ਤੇ ਲਿਆਂਦਾ, ਸਿੱਖਾਂ ਦੇ ਅੰਦਰ ਦੁਬਾਰਾ ਜਾਗਰਤੀ ਪੈਦਾ ਹੋਈ, ਸਿੱਖਾਂ ਅੰਦਰ ਆਪਣੇ ਗੁਰਧਾਮਾਂ ਨੂੰ ਆਜ਼ਾਦ ਕਰਾਉਣ ਦਾ ਚਾਅ ਪੈਦਾ ਹੋਇਆ। ਸਿੰਘ ਸਭਾ ਲਹਿਰ ਨੇ ਬੇਸਿਕ ਸਿੱਖੀ ਸਿਧਾਂਤਾਂ ਨੂੰ ਲੋਕਾਂ 'ਚ ਪ੍ਰਚਾਰਨਾ ਸ਼ੁਰੂ ਕੀਤਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਭਾਵ ਨੂੰ ਦੱਸਣਾ ਸ਼ੁਰੂ ਕੀਤਾ, ਮਾਂ ਬੋਲੀ ਪੰਜਾਬੀ ਦੇ ਨਾਲ ਜੋੜਨਾ ਸ਼ੁਰੂ ਕੀਤਾ, ਸਿੱਖਾਂ ਨੂੰ ਹਰ ਚੀਜ਼ ਦੀ ਅਹਿਮੀਅਤ, ਸਿੱਖ ਸਾਹਿਤ ਨੂੰ ਛਾਪਣਾ ਸ਼ੁਰੂ ਕੀਤਾ, ਸਿੱਖ ਸਾਹਿਤ ਨੂੰ, ਇਤਿਹਾਸ ਨੂੰ ਗੁਰਬਾਣੀ ਦੀ ਕਸਵੱਟੀ 'ਤੇ ਪਰਖ ਕੇ ਉਹਦਾ ਵਿੱਚੋਂ ਜੋ ਰਲਾ ਮਿਲਾ ਸੀ ਉਹਨੂੰ ਕੱਢਣ ਦਾ ਯਤਨ ਕੀਤਾ। ਹਾਲਾਂਕਿ ਸਿੰਘ ਸਭਾ ਦੇ ਇਹਨਾਂ ਆਗੂਆਂ ਨੂੰ ਪੰਥ ਤੋਂ ਛੇਕਿਆ ਵੀ ਗਿਆ ਔਰ ਪੰਥ 'ਚੋਂ ਕੱਢ ਦਿੱਤਾ ਵੀ ਗਿਆ। ਹਾਂ, ਜਦੋਂ ਵੀ ਕੋਈ ਸੱਚ ਦੀ ਗੱਲ ਕਰਦਾ ਹੈ ਉਹ ਕੂੜੇ ਨੂੰ ਕਦੀ ਭਾਉਂਦੀ ਨਹੀਂ, ਕੂੜੇ ਵਿਅਕਤੀ ਹਮੇਸ਼ਾ ਹੀ ਸੱਚ ਦਾ ਵਿਰੋਧ ਕਰਦੇ ਹਨ, ਕਰਦੇ ਆਏ ਹਨ, ਕਰਦੇ ਰਹਿਣਗੇ। ਇਹ ਕੂੜ ਤੇ ਸੱਚ ਦੀ ਟੱਕਰ ਰਹੀ ਹੈ, ਹਮੇਸ਼ਾ ਰਹੇਗੀ। ਜਦੋਂ ਕਬਜ਼ਾ ਕੂੜ ਵਾਲਿਆਂ ਦਾ ਹੋਵੇ, ਸੱਚ ਨੂੰ ਹਮੇਸ਼ਾ ਹੀ ਦਬਾਇਆ ਜਾਂਦਾ, ਦਬਾਉਣ ਦਾ ਯਤਨ ਕੀਤਾ ਜਾਂਦਾ। ਹਾਂ ਕਿ ਸੱਚ ਦਬਦਾ ਨਹੀਂ, ਲੇਕਿਨ ਸੱਚ ਨੂੰ ਦਬਾਉਣ ਦਾ ਨਿਕੰਮਾ ਜਿਹਾ ਯਤਨ ਕਰਦਾ ਰਹਿੰਦਾ, ਇਹ ਹੁੰਦਾ ਰਹਿੰਦਾ। ਇਸੇ ਕਰਕੇ ਹੀ ਸਿੰਘ ਸਭਾ ਲਹਿਰ ਦੇ ਆਗੂਆਂ ਨੂੰ ਕਈ ਵਾਰੀ ਇਹ ਗੁਰੂ ਅਕਾਲ ਤਖ਼ਤਾਂ ਵੀ ਛੇਕ ਦਿੱਤਾ ਗਿਆ। ਖੈਰ, ਇਹ ਮੇਰਾ ਵਿਸ਼ਾ ਨਹੀਂ ਹੈ, ਪਰ ਸਿੰਘ ਸਭਾ ਲਹਿਰ ਨੇ ਬਹੁਤ ਹੀ ਕੁਰਬਾਨੀਆਂ ਕੀਤੀਆਂ ਔਰ ਸਿੰਘ ਸਭਾ ਲਹਿਰ ਦੀ ਇਸ ਪ੍ਰਚਾਰ ਦੇ ਵਿੱਚੋਂ ਹੀ ਜਦੋਂ ਸਿੱਖ ਗੁਰੂ ਗ੍ਰੰਥ ਦੀ ਬਾਣੀ ਨਾਲ ਜੁੜਨੇ ਸ਼ੁਰੂ ਹੋਏ, ਗੁਰੂ ਗ੍ਰੰਥ ਦੀ ਸਿੱਖਿਆ ਤੇ ਚੱਲਣ ਦੀ ਗੱਲ ਜਦੋਂ ਆਈ, ਫਿਰ ਅੰਦਰ ਅਣਖ ਜਾਗੀ, ਆਪਣੇ ਗੁਰਧਾਮਾਂ ਨੂੰ ਆਜ਼ਾਦ ਕਰਾਉਣ ਦਾ ਅੰਦਰ ਚਾਉ ਪੈਦਾ ਹੋ ਗਿਆ ਔਰ ਸਿੰਘ ਸਭਾ ਲਹਿਰ ਵਿੱਚੋਂ ਅਕਾਲੀ ਲਹਿਰ ਨੇ ਜਨਮ ਲਿਆ। ਮਾਫ਼ ਕਰਨਾ, ਅਕਾਲੀ ਲਹਿਰ ਦਾ ਜਨਮ ਜਿਹੜਾ ਹੈ ਉਹ ਸਿੰਘ ਸਭਾ ਲਹਿਰ ਦੇ ਵਿੱਚੋਂ ਹੋਇਆ ਔਰ ਇਸ ਲਹਿਰ ਵਿੱਚੋਂ ਹੀ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਮ ਹੋਇਆ ਔਰ ਇਸ ਲਹਿਰ ਦੇ ਵਿੱਚੋਂ ਹੀ ਗੁਰਦੁਆਰੇ ਆਜ਼ਾਦ ਕਰਾਉਣ ਦਾ ਕੰਮ, ਸਭ ਤੋਂ ਪਹਿਲਾਂ ਤਰਨ ਤਾਰਨ ਸਾਹਿਬ ਦੇ ਗੁਰਦੁਆਰੇ ਵਿੱਚ ਦੋ ਸਿੱਖਾਂ ਦੀ, ਭਾਈ ਹਜ਼ਾਰਾ ਸਿੰਘ ਤੇ ਭਾਈ ਹੁਕਮ ਸਿੰਘ ਦੀ ਸ਼ਹਾਦਤ ਹੁੰਦੀ ਹੈ। ਇਹ ਗੁਰਦੁਆਰਾ ਸੁਧਾਰ ਪ੍ਰਬੰਧ ਸੁਧਾਰ ਲਹਿਰ ਦੇ ਪਹਿਲੇ ਦੋ ਸ਼ਹੀਦ ਹਨ ਜੋ ਗੁਰਦੁਆਰਾ ਸਿੰਘ ਸਭਾ, ਗੁਰਦੁਆਰਾ ਸ੍ਰੀ ਤਰਨ ਤਾਰਨ ਸਾਹਿਬ ਦੇ ਵਿਖੇ ਸ਼ਹੀਦ ਹੋਏ ਹਨ। ਮਹੰਤ ਸੁੰਦਰਦਾਸ ਤੋਂ, ਮਹੰਤ ਦਾ ਨਾਮ ਮੈਨੂੰ ਯਾਦ ਨਹੀਂ ਹੈ, ਸੁੰਦਰਦਾਸ ਤਾਂ ਗੁਰੂ ਕੇ ਬਾਗ ਦਾ ਸੀ। ਇਸ ਮਹੰਤ ਤੋਂ ਆਜ਼ਾਦ ਕਰਾਉਣ ਲਈ ਇਹ ਪਹਿਲੇ ਦੋ ਸ਼ਹੀਦ ਜਿਹੜੇ ਹਨ ਇਹ ਇੱਥੇ ਭਾਈ ਹੁਕਮ ਸਿੰਘ ਜਿਹੜੇ ਹਨ ਉਹ ਇੱਥੇ ਹੋਏ ਹਨ। ਤਰਨ ਤਾਰਨ ਵਿੱਚ ਸ਼ਹੀਦੀਆਂ ਦਾ ਦੌਰ ਆਰੰਭ ਹੁੰਦਾ ਹੈ। ਇੱਥੋਂ ਹੀ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਸਰਦਾਰ ਕਰਤਾਰ ਸਿੰਘ ਝੱਬਰ ਦੀ ਅਗਵਾਈ ਵਿੱਚ ਤੇ ਤੇਜਾ ਸਿੰਘ ਭੁੱਚੜ ਦੀ ਅਗਵਾਈ ਵਿੱਚ ਅਕਾਲ ਤਖ਼ਤ ਸਾਹਿਬ ਦਾ ਕੰਟਰੋਲ ਵੀ ਸਿੱਖਾਂ ਦੇ ਹੱਥਾਂ ਵਿੱਚ ਆਉਂਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੰਨਕਾ ਦੀ ਹੋਂਦ ਵੀ ਆਈ ਔਰ ਅਕਾਲੀ ਦਲ ਦੀ ਸਥਾਪਨਾ ਸ਼੍ਰੋਮਣੀ ਕਮੇਟੀ ਦੇ ਫੈਸਲਿਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕੀਤੀ ਗਈ। ਅੱਜ ਕੰਮ ਉਲਟਾ ਹੋ ਗਿਆ, ਅਸੀਂ ਅਕਾਲੀ ਦਲ ਦੇ ਫੈਸਲਿਆਂ ਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰ ਲਾਗੂ ਕਰਾਉਂਦੇ ਫਿਰਦੇ ਹਾਂ। ਦੇਖੋ ਕਿੰਨੇ ਹਾਲਾਤ ਬਦਲ ਗਏ। ਹਾਲਾਂਕਿ ਅਕਾਲੀ ਦਲ ਦੀ ਸਥਾਪਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਫੈਸਲੇ ਸਨ ਸਿੱਖਾਂ ਦੀ ਭਲਾਈ ਲਈ ਕਰਨ ਵਾਲੇ, ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਨੂੰ ਆਪੇ ਇੱਕ ਵਿੰਗ ਜਿਹੜਾ ਸੀ ਹੋਂਦ ਉੱਤੇ ਲਿਆਂਦਾ ਗਿਆ। ਹੁਣ ਉਲਟਾ ਕੰਮ ਜਿਹੜਾ ਹੋ ਗਿਆ, ਅੱਜ ਦੇ ਜੋ ਅਸੀਂ ਮੌਜੂਦਾ ਹਾਲਾਤ ਨੂੰ ਦੇਖਦੇ ਹਾਂ,
अज श्रोमणी अकाली दल का श्रोमणी गुरद्वारा प्रबंधक कमेटी का प्रधान भी लिफाफिया निकलता है, श्रोमणी कमेटी के आगू भी लिफाफिया निकलते हैं, होर तो होर अकाल तख्त का जथेदार भी लिफाफिया ही निकलता है। ख्याल करना माफ करना कि शब्द भावे कौड़े हैं पर है बिल्कुल सच्चाई। अज साड़ी कौम जिहड़ी जिहड़े जिस अकाली दल ने श्रोमणी कमेटी के अधीन हो के चलना सी, अज श्रोमणी कमेटी अकाली दल के अधीन हो के तुर रही है, जिदे करके साड़ी कौम की यह दुर्दशा जो हालत है अज वैसे तम खेरू खेरू होने की या वक्रे वक्रे फिरन की वक्रे वक्रे टोटिया च वंडे होने की यह तो हुई है क्योंकि मर्यादा तो असी पासे हो जिहड़ी मर्यादा सी उहनूं असी छड़ दिता। अकाली दल ते श्रोमणी गुरद्वारा प्रबंधक कमेटी जिहड़ी सी इह दोनां ने इन्हां दिनां च ही फिर 1921 विच ननकाणा साहब दा शहादत शहीदी साका हुंदा है। मैं इत्थे एक गल जरूर याद करनी चाहुंदा उहनां गुरसिखां दे च प्यार किन्ना सी, अपने गुरुआं दे स्थानां दे नाल किन्ना प्यार सी। भाई लक्ष्मण सिंह धारोवाल जदों चंद्रकोट दी ढाब दे नेड़े पहुंचदे हन ते जाके अरदास करदे हन, अरदास दे शब्द देखो क्या कमाल दे हन, गुरु नानक तेरे दर दे कूकर तेरे दर्शनां नूं आए हन, इरादा धारिया है तेरे दर ते हो रहीआं क्रीतियां नूं अपना खून पा के धू देण दा, तूं इह बल बख्शी असीं इस काम नूं नेपरे चाढ़ सकीए जां अपने शरीर रूपी मिट्टी दे ठीकरे तेरे दर ते भन सकीए। देखो ये शब्द किन्ने कमाल दे शब्द हैं, किन्ना इन्हां च विराग है, किन्ना चाओ है अपने गुरुद्वारे नूं आजाद कराउण लई, गुरु नानक दे जन्म स्थान दा कब्जा लैण लई, किन्ना चाओ उहनां प्यारे गुरसिखां दे अंदर सी। रब जाणे किहड़ी मिट्टी दे बणे ओह सिंह सन, गेलियां वांगू जिन्हां दे जिसम चीरे आ रहीआं। कमाल दी गल है किहड़ी मिट्टी दे बणे होए सन उहनां सिखां दे जीवन नूं जो असीं पढ़दे हाँ अंदर सचमुच एक झुंझणी जी छिड़दी है, अगों बोलना भी कई बार इस तरह लगता है औखा हो जाता है। तो वह गुरु के प्यारे लाडले गुरु के सिखा ने अपनी शहादत दे के करीब 150-160 के करीब सिंघा की शहादत ननकाणा साहब विखे होंदी है आजाद कराया। इस तो बाद गुरुद्वारा गुरु डंगसर जैतो का मोर्चा लगता है वह आजाद कराया गया जिदे भी सिख शहीद होए। फिर गुरु के बाग का मोर्चा लगता है जिन्होंने बीटी दियां डांगां दे नाल भी जाणिया जांदा, जिथे बीटी दियां डांगां तां टुट गईआं गुरु के सिखां दे पिंडे मार मखा खा के सतनाम का जाप करदिआं शांतमय रहिंदे होए उन्हां दे पिंडिआं दियां हड्डियां जिहड़ियां सन उन्हां नूं तोड़दिआं बीटी दियां डांगां भी टुट गईआं। इहो ही मोर्चा है जिहड़ा महात्मा गांधी टैलीग्राम तार दे के कहिंदा सी तुसीं गुरद्वारे आजाद करा ले हन, देश नूं आजाद कराउण दा नुस्खा भी तुहाडे कोल असीं लभ लिया है, देश नूं भी तुसीं आजाद कराउणा। इह उसले दे आगू इह गल्लां करदे सन। खैर तो इहदा श्रोमणी गुरद्वारा प्रबंधक कमेटी नूं कानूनी मानता 1925 दे विच मिलदी है। जदों कानूनी मानता मिल गई तां इहनां दे फिर इह फैसले होए। सब तों वड्डा अज तक जो मेरी समझ दे मुताबक है, अगर श्रोमणी गुरद्वारा प्रबंधक कमेटी का कोई काम है वह है सिखां लई निज़म तैयार करना, निज़मावली तैयार करनी। जो उन्हां श्रोमणी गुरद्वारा प्रबंधक कमेटी ने एक उद्यम आरंभिया, हालांकि उस तो पहला चीफ खालसा तो मैं उन्हां सारिआं दा जिक्र आप जी दे नाल करांगा कि सिख इतिहास का जदों सिख रहत मर्यादा का इतिहास होगा इस दे नाल नाल मैं वह भी जिक्र करांगा कि चीफ खालसा दीवार ने रहत मर्यादा बनाई उहदे कहिंदे 1910 दे विच उह रहत मर्यादा बनी उहदा उहनूं उधार मन्निया गया किस तरह चलिया। तो यह साडा एक छोटा जिहा इतिहास है जिथों जिहड़ी रहत मर्यादा है वह आरंभ हुंदी है। तो सिख रहत मर्यादा एक कोड ऑफ कंडक्ट है, एक कोड ऑफ कंडक्ट एंड कन्वेंशन है गुरबाणी इतिहास के परंपरावां अनुसार सादे ढंग नाल उच्चे सुचे नियमां का संग्रह किया गया है, जिस अनुसार अज के समय में नानक निर्मल पंथ का नरोआ हिस्सा अंग बन के उहदे पंथ के सुपनिआं नूं स्वीकार करन दी गल जिहड़ी है वह की गई है जो सिख रहत मर्यादा है। श्रोमणी गुरद्वारा प्रबंधक कमेटी के जतना सदका पंथ के नुमाइंदे लम्मा समा श्री अकाल तख्त साहब से जुड़ के इहदियां विचारां करते रहे, खरड़े ते
ਤੇ ਸੁਝਾਵਾਂ ਤੇ ਵਿਚਾਰ ਕਰਦੇ ਰਹੇ। ਲੰਬੀ ਘਾਲਣਾ ਤੋਂ ਬਾਅਦ 12 ਅਕਤੂਬਰ 1936 ਨੂੰ ਇਹਦੀ ਪ੍ਰਵਾਨਗੀ ਹੋਈ, ਜਿਸ ਉਪਰੰਤ 12 ਅਕਤੂਬਰ 1936 ਦੇ ਇਤਿਹਾਸਿਕ ਦਸਤਾਵੇਜ਼ ਇਹ ਜਿਹੜਾ ਬਣਿਆ, ਇਸ ਇਹਦਾ ਨਾਮ ਸਿੱਖ ਰਹਿਤ ਮਰਿਆਦਾ ਰੱਖਿਆ ਗਿਆ, ਇਹਦਾ ਨਾਮ ਪ੍ਰਚਲਿਤ ਹੋਇਆ, ਜੋ ਅੱਜ ਸਾਡੇ ਕੌਮੀ ਜੀਵਨ ਦੀ ਇੱਕ ਰੀੜ੍ਹ ਦੀ ਹੱਡੀ ਕਹੀ ਜਾ ਸਕਦੀ। ਕੌਮੀ ਜੀਵਨ ਦੀ, ਪੰਥਕ ਜੀਵਨ ਦੀ ਮੈਂ ਗੱਲ ਕਰ ਰਿਹਾ ਹਾਂ, ਉਹਨੂੰ ਰੀੜ੍ਹ ਦੀ ਹੱਡੀ ਅਸੀਂ ਕਹਿ ਸਕਦੇ ਹਾਂ। ਉਹ ਸਿੱਖ ਰਹਿਤ ਮਰਿਆਦਾ ਇੱਕ ਸਾਡਾ ਇੱਕ ਕੌਮੀ ਕਾਨੂੰਨ ਹੈ, ਸਾਡਾ ਇੱਕ ਆਇਨ ਹੈ, ਸਾਡਾ ਸੰਵਿਧਾਨ ਹੈ, ਸਾਡਾ ਕੰਸਟੀਟਿਊਸ਼ਨ ਹੈ। ਇਹ ਤਾਂ ਸਾਡੀ ਪੰਥਕ ਰਾਮਕਾਰ ਹੈ, ਜਦੋਂ ਅਸੀਂ ਗੱਲ ਕਰ ਲਈਏ ਪੰਥਕ ਰਾਮਕਾਰ ਹੈ। ਇਹਦੇ ਦਾਇਰੇ ਦੇ ਅੰਦਰ ਜੀਵਨ ਜਿਉਣ ਦਾ, ਜੀਵਨ ਜਾਇਜ਼ ਦਾ ਸਾਡਾ ਹੱਕ ਵੀ ਹੈ ਤੇ ਸਾਡੇ ਫਰਜ਼ ਵੀ ਇਹਦੇ ਵਿੱਚ ਹਨ। ਅਸੀਂ ਕਿਹੜੇ ਸਾਡੇ ਕੋਲ ਹੱਕ ਹਨ, ਕਿਹੜੇ ਸਾਡੇ ਕੋਲ ਫਰਜ਼ ਹਨ। ਕਿਸੇ ਵੀ ਦੇਸ਼, ਕੌਮ ਜਾਂ ਕੌਮੀਅਤ ਦਾ ਕਾਨੂੰਨ ਇੱਕ ਹੀ ਹੁੰਦਾ ਤੇ ਜਿਸ ਸਮੇਂ ਕਾਨੂੰਨ ਦੀ ਘਾੜਤ ਘੜੀ ਜਾ ਰਹੀ ਹੁੰਦੀ ਹੈ, ਉਸ ਸਮੇਂ ਮਜਲਿਸ ਜਾਂ ਸਭਾ ਵਿੱਚ ਕੁੱਝ ਮੁੱਦੇ ਵੱਖ ਵੱਖ ਰਾਵਾਂ ਰੱਖਣ ਵਾਲੇ ਹੋ ਸਕਦੇ ਹਨ। ਜਦੋਂ ਵੀ ਕਾਨੂੰਨ ਬਣਦੇ ਨੇ, ਅੱਜ ਵੀ ਤੁਸੀਂ ਦੇਖੋਗੇ ਪਾਰਲੀਮੈਂਟ ਵਿੱਚ ਜਦੋਂ ਕੋਈ ਕਾਨੂੰਨ ਬਣਾਉਣਾ ਹੁੰਦਾ ਤਾਂ ਉਹਦੇ ਤੇ ਵੱਖ ਵੱਖ ਜਿਹੜੇ, ਜਦੋਂ ਅਸੀਂ MP ਕਹਿ ਦਿੰਦੇ ਹਾਂ ਜਾਂ ਇੱਥੇ ਸੈਨੇਟ ਕਹਿ ਦਿੰਦੇ ਨੇ, ਸੈਨੇਟਰ ਬੈਠ ਕੇ ਉਹ ਆਪਣੇ ਵਿਚਾਰ ਦਿੰਦੇ ਨੇ, ਆਪਣੀਆਂ ਰਾਵਾਂ ਦਿੰਦੇ ਹਨ। ਜਿਵੇਂ ਆ ਪਿੱਛੇ ਜਦੋਂ ਬਾਈਡਨ ਪ੍ਰੈਜੀਡੈਂਟ ਬਣਿਆ, ਇੱਥੇ ਲਗਾਤਾਰ 2-3 ਦਿਨ ਚੱਲਦੇ ਰਹੇ ਸੈਨੇਟ, ਇਕੱਲਾ ਇਕੱਲਾ ਆਪਣਾ ਆਪਣਾ ਵਿਚਾਰ ਦਿੰਦਾ ਰਿਹਾ। ਖੈਰ, ਮੇਰਾ ਕਹਿਣ ਦਾ ਮਤਲਬ ਰਾਵਾਂ ਵੱਖਰੀ ਵੱਖਰੀਆਂ ਹੋ ਸਕਦੀਆਂ, ਉਹਨਾਂ ਨੂੰ ਰਾਵਾਂ ਰੱਖਣ ਦਾ ਹੱਕ ਵੀ ਹੈ, ਉਹਨਾਂ ਨੂੰ ਰਾਵਾਂ ਰੱਖਣ ਦਾ ਹੱਕ ਵੀ ਹੁੰਦਾ ਹੈ। ਆਪਣੇ ਵਿਚਾਰ, ਰਾਏ ਜਾਂ ਵਿਆਖਿਆ, ਵਿਚਾਰ ਵਟਾਂਦਰੇ ਲਈ ਉਹ ਪੇਸ਼ ਕਰ ਸਕਦੇ ਹਨ। ਇਹ ਬੜੇ ਜ਼ਰੂਰੀ ਇੱਕ ਅਹਿਮ ਵਿਸ਼ਾ ਹੈ ਕਿ ਜਦੋਂ ਕੋਈ ਕਾਨੂੰਨ ਬਣਦਾ ਹੈ, ਉਹ ਆਪਣੇ ਵਿਚਾਰ ਪੇਸ਼ ਕਰ ਸਕਦੇ ਹਨ। ਇਸ ਵਿੱਚ ਵਿਰੋਧੀ ਰਾਏ ਰੱਖਣ ਵਾਲੇ ਵੀ ਹੋ ਸਕਦੇ ਹਨ, ਜਿਹੜੇ ਉਹਦੇ ਨਾਲ ਸਹਿਮਤ ਨਹੀਂ ਹੁੰਦੇ। ਪਰ ਜਿਸ ਸਮੇਂ ਅੰਤਮ ਰੂਪ ਵਿੱਚ ਇਸਨੂੰ ਅਸੀਂ ਕਲਮਬੱਧ ਲਫ਼ਜ਼ ਵਰਤੀਏ, ਕਲਮਬੱਧ ਕਰ ਦਿੱਤਾ ਜਾਂਦਾ ਹੈ ਜਾਂ ਅੰਤਮ ਰੂਪ ਦੇ ਕੇ ਅੰਕਿਤ ਕਰ ਦਿੱਤਾ ਜਾਂਦਾ ਹੈ, ਤਾਂ ਉਸ ਮੁਤਾਬਕ ਇਹ ਕਾਨੂੰਨ ਲਾਗੂ ਹੋ ਜਾਂਦਾ ਹੈ। ਫਿਰ ਕਿਸੇ ਨੂੰ ਇਹਦੇ ਉੱਤੇ ਉਂਗਲ ਚੁੱਕਣ ਦਾ ਹੱਕ ਨਹੀਂ ਰਹਿੰਦਾ, ਭਾਵੇਂ ਕਿਸੇ ਨੇ ਪਹਿਲਾਂ ਵਿਰੋਧਤਾ ਵੀ ਕੀਤੀ ਹੋਈ ਹੋਵੇ, ਹਾਲਾਂ ਉਸ ਕਾਨੂੰਨ ਦੇ ਹੱਕ ਵਿੱਚ ਨਾ ਵੀ ਹੋਵੇ, ਪਰ ਜਦੋਂ ਉਹ ਕਾਨੂੰਨ ਬਣ ਜਾਂਦਾ ਹੈ ਤਾਂ ਫਿਰ ਉਸ ਕਾਨੂੰਨ ਦੇ ਵਿਰੁੱਧ ਜਾਣ ਦਾ ਹੱਕ ਜਿਹੜਾ ਹੈ ਉਹਨਾਂ ਕੋਲ ਨਹੀਂ ਰਹਿ ਜਾਂਦਾ। ਕਿਉਂਕਿ ਸਪਸ਼ਟ ਇਹ ਹੈ ਕਿ ਨਿੱਜੀ ਸੋਚ ਨਾਲੋਂ ਸਾਂਝੀ ਸੋਚ ਜਿਹੜੀ ਹੈ ਉਹ ਹਮੇਸ਼ਾ ਹੀ ਵਧੀਆ ਹੁੰਦੀ। ਇੱਕ ਮੇਰੀ ਸੋਚ ਹੈ, ਇੱਕ 10 ਬੰਦਿਆਂ ਦੀ ਸੋਚ ਹੈ, ਤੇ ਸਾਂਝੀ ਸੋਚ ਵਿੱਚੋਂ ਨਿਕਲੀ ਹੋਈ ਚੀਜ਼ ਹਮੇਸ਼ਾ ਹੀ ਵਧੀਆ ਹੋਵੇਗੀ, ਉੱਤਮ ਹੁੰਦੀ ਹੈ, ਤੇ ਸਾਂਝੀ ਸੋਚ ਵਿੱਚੋਂ ਨਿਕਲੇ ਹੋਏ ਕਾਨੂੰਨ ਹੀ ਉਹ ਜਿਹੜੇ ਲਾਗੂ ਹੁੰਦੇ ਹਨ। ਇਹ ਗੱਲ ਵੱਖਰੀ ਹੈ ਕਿ ਮੌਜੂਦਾ ਰਾਜਨੀਤਿਕਾਂ ਨੇ ਇਹ ਦੂਜਿਆਂ ਦੀ ਰਾਏ ਲੈਣੀ ਵੀ ਯੋਗ ਨਹੀਂ ਸਮਝਦੇ, ਔਰ ਭਾਰਤ ਵਰਗੇ ਦੇਸ਼ ਵਿੱਚ ਤਾਂ ਭਾਵੇਂ ਕੋਈ ਹਾਜ਼ਰ ਹੋਵੇ ਜਾਂ ਨਾ ਹਾਜ਼ਰ ਹੋਵੇ, ਪਾਰਲੀਮੈਂਟ 'ਚ ਕਾਨੂੰਨ ਪਾਸ ਕਰਕੇ ਅੱਗੇ ਭਾਰਤ ਨੂੰ ਤੋੜ ਦਿੱਤਾ ਜਾਂਦਾ ਹੈ। ਉਹੀ ਹਾਲ ਜੋ ਅੱਜ ਕਿਸਾਨ ਜਿਹਨਾਂ ਦਾ ਵਿਰੋਧ ਕਰ ਰਹੇ ਹਨ ਕਿ ਬਿਨਾਂ ਕਿਸੇ ਦੇ ਦਖਲ ਅੰਦਾਜ਼ੀ ਤੋਂ ਕਾਨੂੰਨ ਜਿਹੜੇ ਪਾਸ ਹੋ ਗਏ। ਇਹ ਗੱਲ ਵੱਖਰੀ ਹੈ ਕਿ ਉਹਨਾਂ ਨੇ ਜਿਹੜੇ ਪਾਸ ਕਰਨ ਦਾ ਢੰਗ ਸੀ ਉਹਦੇ ਨਾ ਵਿਰੋਧੀ ਵਿਚਾਰ ਲਏ ਗਏ, ਨਾ ਹੀ ਵਿਰੋਧੀ ਰਾਵਾਂ ਲਈਆਂ ਗਈਆਂ, ਜਿਸ ਕਰਕੇ ਉਹਦਾ ਵਿਰੋਧ ਜਿਹੜਾ ਸੀ ਉਹ ਹੋਣਾ ਸੁਭਾਵਿਕ ਸੀ ਔਰ ਹੋ ਰਿਹਾ ਹੈ। ਹੁਣ ਅਸੀਂ ਇਹ ਗੱਲ ਸਮਝ ਲਈਏ ਵੀ ਗੁਰੂ ਸਾਹਿਬ ਨੇ ਜੋ ਬਾਣੀ ਸਾਨੂੰ ਬਖਸ਼ਿਸ਼ ਕੀਤੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬਖਸ਼ਿਸ਼ ਕੀਤੀ, ਉਹਦੇ ਮੁਤਾਬਕ ਜਿਹੜੀ ਸਿੱਖ ਰਹਿਤ ਮਰਿਆਦਾ ਹੈ, ਇਹ ਇੱਕ ਨਿਯਮਾਵਲੀ ਜੋ ਬਣਾਈ ਗਈ ਹੈ ਉਹ ਬਿਲਕੁਲ ਉਹਦੇ ਮੁਤਾਬਕ ਹੀ ਬਣਾਈ ਗਈ। ਇੱਕ ਵੈਦ ਕਵੀ ਰਾਜ ਭਾਈ ਅਰਜਨ ਸਿੰਘ ਜੀ ਤਰਨ ਤਾਰਨ ਵਾਲੇ ਹੋਏ ਨੇ, ਉਹਨਾਂ ਨੇ ਇਹਦੀ ਇੱਕ ਇੰਪੋਰਟੈਂਸ ਦੀ ਗੱਲ ਲਿਖੀ ਹੈ। ਕਹਿੰਦੇ ਨੇ ਜਿਵੇਂ ਤਾਜ ਬਿਨਾਂ ਨਿਰਿਪ ਸੋਭਤ ਨਹਿ, ਰਾਜਾ ਤਾਜ ਤੋਂ ਬਿਨਾਂ ਚੰਗਾ ਨਹੀਂ ਲੱਗਦਾ। ਮੁੱਖ ਤਿਲਕ ਵਿਹੀਣਾ ਵਿਪਰ ਬੁਰਾ, ਬਾਹਮਣ ਕਹਦਾ ਜੇ ਤੇ ਤਿਲਕ ਹੀ ਨਹੀਂ ਲੱਗਾ ਹੋਇਆ, ਤਨ ਸ਼ਸਤਰ ਨਹੀਂ ਤੇ ਸੂਰਮਾ ਕਿਹਾ। ਵੀ ਜਿਹਦੇ ਸ਼ਸਤਰ ਤੇ ਤਨ ਦੇ ਸ਼ਸਤਰ ਹੀ ਨਹੀਂ ਆ, ਕਾਹਦਾ ਸੂਰਮਾ ਹੋਇਆ। ਸਿਰ ਜੰਗ ਚੜ ਪੁਨ ਦਿਲਦਲ ਭਰਾ, ਜਿਹੜਾ ਰੰਗ ਦੇ ਮੈਦਾਨ ਵਿੱਚ ਭੱਜ ਜਾਵੇ ਉਹ ਸੂਰਮਾ ਥੋੜੀ ਕਹੀਦਾ। ਤਨ ਸਾਜ ਨਹੀਂ ਅਸੰਸ਼ੋਭ ਨਾ ਪਾਵਤ, ਰਹਿਤ ਬਿਨਾਂ ਸਿੱਖ ਚਰਿੱਤਰ ਬੁਰਾ। ਵੀ ਜਿਹੜੇ ਰਹਿਤ ਨਹੀਂ ਉਹ ਸਿੱਖ ਨਹੀਂ, ਸਿੱਖ ਚਰਿੱਤਰ ਜਿਹੜਾ ਹੈ ਉਹ ਰਹਿਤ ਨਾਲ ਬਣਦਾ ਹੈ। ਗੁਰ ਵਾਕ ਨਹੀਂ ਹਿਰਦ ਮੰਡਲ ਮੈਂ, ਨਰਹੀਨ ਸੁਗੰਧ ਜਿਉਂ ਇਤਰ ਬੁਰਾ।
ਵੀ ਜਿਵੇਂ ਕਿਸੇ ਇਤਰ ਵਿੱਚ ਸੁਗੰਧ ਹੀ ਨਾ ਹੋਵੇ, ਤੂੰ ਜਿੰਨਾ ਮਰਜ਼ੀ ਛਿੜਕਾਉ ਕਰੀ ਜਾਓ, ਉਹਦਾ ਕੀ ਲਾਭ ਹੈ? ਇੱਦਾਂ ਮਰਿਆਦਾ ਤੋਂ ਬਿਨਾਂ ਜਿਹੜਾ ਜੀਵਨ ਹੈ ਉਹਦੀ ਕੋਈ ਕੀਮਤ ਨਹੀਂ ਹੈ, ਉਹਦੀ ਕੋਈ ਵੈਲਿਊ ਨਹੀਂ। ਗੁਰੂ ਪੰਥ ਇੱਕ ਮੁਜੱਸਮਾ ਹੈ, ਇਹ ਸਾਰੀ ਕੌਮ ਦਾ ਇੱਕ ਮੁਜੱਸਮਾ ਹੈ। ਇਹ 'ਚ ਵਿਚਰ ਰਹੀਆਂ ਸੰਪਰਦਾਵਾਂ, ਟਕਸਾਲਾਂ, ਲਾਡਲੀਆਂ ਫੌਜਾਂ, ਸੇਵਾ ਪੰਥੀ, ਨਿਰਮਲੇ ਜੱਥੇ, ਜੱਥਿਆਂ ਦਾ, ਜਥੇਬੰਦੀਆਂ ਦਾ, ਸਭਾ ਸੁਸਾਇਟੀਆਂ ਦਾ, ਵਿਦਿਕ ਅਦਾਰਿਆਂ ਦਾ, ਇਹ ਸਾਰਾ ਇੱਕ ਇਹਦੀ ਵਿਚਰ ਰਹੇ ਹਨ, ਜਿਹਦੇ 'ਚ ਮਿਸ਼ਨਰੀ ਕਾਲਜ ਵੀ ਆਉਂਦੇ ਨੇ। ਪਰ ਗੁਰੂ ਪੰਥ ਜਿਹੜਾ ਹੈ ਇੱਕ ਮੁਜੱਸਮਾ ਹੈ ਸਾਰਿਆਂ ਦਾ, ਇੱਕ ਇਕੱਠ ਹੈ ਸਾਰਿਆਂ ਦਾ, ਇਹ ਸਾਰੇ ਹੀ ਪੰਥ ਦੇ ਸਤਿਕਾਰਯੋਗ ਅੰਗ ਹਨ। ਪਰ ਅੰਗ ਤਾਂ ਹਨ, ਪਰ ਜੇ ਕੋਈ ਅੰਗ ਕੰਮ ਹੀ ਨਾ ਠੀਕ ਢੰਗ ਨਾਲ ਕਰਦਾ ਹੋਵੇ, ਫਿਰ ਉਹਦਾ ਇਲਾਜ ਵੀ ਹੋਣਾ ਚਾਹੀਦਾ ਹੈ। ਜੇ ਪੰਥ ਦੇ ਇਹ ਅੰਗ ਅੱਜ ਪੰਥ ਨੂੰ ਮੰਨਣ ਤੋਂ ਇਨਕਾਰੀ ਹੋ ਜਾਣ, ਫਿਰ ਇਹ ਪੰਥ ਦੇ ਅੰਗ ਕਾਹਦੇ ਰਹਿ ਗਏ? ਇਸਦਾ ਮਤਲਬ ਇਹ ਹੈ ਵੀ ਇਸ ਤੋਂ ਕੋਈ ਇਨਕਾਰੀ ਨਹੀਂ ਹੋ ਸਕਦਾ ਇਸ ਗੱਲ ਤੋਂ ਵੀ ਇਹ ਗੁਰੂ ਪੰਥ ਦੀ ਇੱਕ ਬੜੀ ਵੱਡੀ ਵਡਮੁੱਲੀ ਦੇਣ ਹੈ, ਇਹ ਸਾਰੇ ਇੱਕ ਹਿੱਸਾ ਹਨ, ਇੱਕ ਅੰਗ ਹਨ। ਪਰ ਬਾਵਜੂਦ ਇਸਦੇ ਇਕੱਲੇ ਇਕੱਲੇ ਪੰਥ ਤਾਂ ਪੰਥ ਦੇ ਅੰਗ ਤਾਂ ਹਨ, ਪਰ ਆਪ ਪੰਥ ਨਹੀਂ ਹੋ ਸਕਦਾ। ਅੰਗ ਕਦੀ ਸਰੀਰ ਨਹੀਂ ਹੋ ਸਕਦਾ, ਅੰਗ ਵੱਖਰੇ ਵੱਖਰੇ ਆ, ਨੱਕ ਹੈ, ਕੰਨ ਹੈ, ਅੱਖਾਂ ਹਨ, ਬਾਹਾਂ ਹੈ, ਲੱਤਾਂ, ਇੱਕ ਲੱਤ ਨਾਲ ਕਦੀ ਸਰੀਰ ਨਹੀਂ ਬਣਦਾ। ਸਰੀਰ ਦੀ ਘਾੜਤ ਜਿਹੜੀ ਹੈ ਸਮੂਹ ਅੰਗਾਂ ਨਾਲ ਬਣਦੀ ਹੈ। ਇਸੇ ਤਰ੍ਹਾਂ ਇਹ ਜਥੇਬੰਦੀਆਂ, ਇਹ ਜਮਾਤਾਂ, ਇਹ ਜੋ ਚੱਲ ਰਹੀਆਂ ਸਾਨੂੰ ਦਿਸਦੀਆਂ ਹਨ, ਇਹ ਪੰਥ ਦਾ ਅੰਗ ਤਾਂ ਹਨ, ਪਰ ਇਹ ਪੰਥ ਨਹੀਂ ਹੋ ਸਕਦੇ। ਨਾ ਹੀ ਇਹਨਾਂ ਦੇ ਫੈਸਲੇ ਜਿਹੜੇ ਹਨ ਇਹ ਪੰਥ ਦੇ ਠੁਸਪੇ ਜਾ ਸਕਦੇ ਹਨ ਜਾਂ ਠੋਸੇ ਜਾ ਸਕਦੇ ਹਨ। ਗੁਰੂ ਨਾਨਕ ਪਾਤਸ਼ਾਹ ਜੀ ਦੇ ਜਨਮ ਤੋਂ ਆਰੰਭ ਹੋਈ ਇਹ ਗੁਰੂ ਨਾਨਕ ਦੀ ਇੱਕ ਅਗੰਮੀ ਲਹਿਰ, ਅਲਾਹੀ ਲਹਿਰ, ਜਿਹੜੀ ਸਾਰੇ ਸੰਸਾਰ 'ਚ ਫੈਲ ਚੁੱਕੀ ਹੈ, ਮਰਿਆਦਾ ਦੇ ਮਾਮਲੇ 'ਚ ਇਹਨਾਂ ਸਾਰਿਆਂ ਦੇ ਆਪਣੇ ਖੇਤਰ ਵਿੱਚ ਕੁਝ ਵਖਰੇਵੇਂ ਹੋ ਸਕਦੇ ਹਨ, ਨਜ਼ਰ ਆਉਂਦੇ ਹਨ, ਪਰ ਇਹਨਾਂ ਨੂੰ ਆਪਣੇ ਇਹਨਾਂ ਵਖਰੇਵਿਆਂ ਨੂੰ ਛੱਡ ਕੇ ਜਾਤੀ ਤੌਰ 'ਤੇ ਕੁਝ ਭਿੰਨਤਾ ਹੋਣ ਦੇ ਬਾਵਜੂਦ ਵੀ ਜਮਾਤੀ ਰੂਪ ਵਿੱਚ ਪੰਥਕ ਮਰਿਆਦਾ ਨੂੰ ਹੀ ਅਪਣਾਉਣਾ ਚਾਹੀਦਾ ਹੈ। ਪੰਥਕ ਮਰਿਆਦਾ ਨੂੰ ਹੀ ਅਪਣਾਉਣਾ ਚਾਹੀਦਾ ਹੈ ਜਾਤੀ ਰੂਪ ਵਿੱਚ, ਜੋ ਵਿੱਚ ਭਾਵੇਂ ਕੁਝ ਵਿਤਕਰੇ ਹੋਣ ਜਾਂ ਭਿੰਨਤਾ ਹੋਵੇ, ਉਹਨਾਂ ਨੂੰ ਜਿਹਨਾਂ ਦਾ ਜ਼ਿਕਰ ਮੈਂ ਹੁਣ ਕੱਲ੍ਹ ਦੇ ਵਿਚਾਰ ਵਿੱਚ ਕਰਾਂਗਾ ਕਿ ਇਹ ਭਿੰਨਤਾ ਹੋਵੇ ਵੀ ਤਾਂ ਵੀ ਜਮਾਤੀ ਰੂਪ ਵਿੱਚ ਜਦੋਂ ਗੱਲ ਹੋਵੇ ਉਦੋਂ ਪੰਥ ਦੇ ਫੈਸਲਿਆਂ ਨੂੰ ਹੀ ਅਪਣਾਉਣਾ ਚਾਹੀਦਾ ਹੈ। ਔਰ ਇਹ ਇਸੇ ਅਪਣਾ ਲੈਣਾ ਹੀ ਇੱਕ ਦਾ ਨਾਂ ਪੰਥ ਹੈ, ਜਾਂ ਉਹਨੂੰ ਗੁਰੂ ਪੰਥ ਅਸੀਂ ਕਹਿ ਸਕਦੇ ਹਾਂ। ਆਪਣੇ ਜਥੇਬੰਦੀ ਦਾ ਸਭ ਤੋਂ ਵੱਡਾ ਅਸੂਲ ਇਹ ਹੁੰਦਾ ਹੈ ਵੀ ਸਾਡੇ ਨਿੱਜੀ ਵਿਚਾਰ ਭਾਵੇਂ ਕੁਝ ਵੀ ਹੋਣ, ਆਪਣੇ ਵਿਚਾਰਾਂ ਨੂੰ ਜਥੇਬੰਦੀ ਦੀ ਬਹੁਸੰਮਤੀ ਦੇ ਵਿਚਾਰਾਂ ਤੋਂ ਕੁਰਬਾਨ ਕਰ ਦੇਣਾ ਹੀ ਜਥੇਬੰਦੀ ਦਾ ਮੁੱਢਲਾ ਦੇ ਜਪ ਹੈ। ਤੋ ਇਹ ਕੁਝ ਨਿਯਮਾਵਲੀ ਹੈ ਜੋ ਸਿੱਖ ਰਹਿਤ ਮਰਿਆਦਾ ਦੀ ਗੱਲਬਾਤ ਦੇ ਅਸੀਂ ਕਰਦੇ ਹਾਂ। ਤੋ ਸਿੱਖ ਰਹਿਤ ਮਰਿਆਦਾ ਦਾ ਕੀ ਮਹੱਤਵ ਹੈ, ਸਿੱਖ ਰਹਿਤ ਮਰਿਆਦਾ ਕਿਵੇਂ ਬਣੀ, ਕਿਹੜੀਆਂ ਮੀਟਿੰਗਾਂ ਹੋਈਆਂ, ਕਿਹੜੀਆਂ ਰਾਏ ਆਈਆਂ, ਇਹਦੀ ਵਿਚਾਰ ਅਸੀਂ ਅੱਗੋਂ ਕੱਲ੍ਹ ਦੇ ਜੋ ਵਿਚਾਰ ਹੈ ਉਹਦੇ ਵਿੱਚ ਕਰਾਂਗੇ। ਅੱਜ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਆਪ ਪਾਸੋਂ ਖਿਮਾ ਚਾਹੁੰਦਾ ਹਾਂ ਜੀ। ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।